ਪੰਜਾਬੀ ਅਕੈਡਮੀ ਤੇ ਕੀਮਤੀ ਗੱਲਾਂ ਵੱਲੋਂ ਅੱਜ ਦੇ ਰਲਵੇ ਮੰਚ ਤੇ ਸਾਰੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਨੇ ਤੇ ਸਾਰੇ ਸੁਣਨ ਵਾਲਿਆਂ ਨੂੰ ਇਹ ਵੀ ਇੱਕ ਖੁਸ਼ੀ ਦੀ ਖਬਰ ਦਿੰਦੇ ਹਾਂ ਕਿ ਅੱਜ ਦਾ ਅਸੀਂ ਸਵਾਗਤ ਕਰ ਰਹੇ ਹਾਂ ਜਿਸ ਪ੍ਰਾਹੁਣੇ ਦਾ, ਉਹਦੀ ਬੜੀ ਦੇਰ ਦੀ ਉਡੀਕ ਸੀ ਇਹਨਾਂ ਦੋਵਾਂ ਮੰਚਾਂ ਨੂੰ, ਤੇ ਉਹ ਲਹਿੰਦੇ ਪੰਜਾਬ 'ਚ ਸ਼ਹਿਰ ਸਮੁੰਦਰੀ 'ਚ ਵੱਸਦੇ ਇੱਕ ਸੂਫੀ ਦਰਵੇਸ਼ ਸ਼ਾਇਰ ਨੇ। ਇਹ ਮੇਰੀ ਆਪਣੀ ਰਾਏ ਉਹਨਾਂ ਬਾਰੇ, ਮੇਰੀ ਮੁਹੱਬਤ ਉਹਨਾਂ ਨਾਲ, ਔਰ ਹਰ ਪੰਜਾਬੀ 'ਚ ਉਹਨਾਂ ਨੇ ਇੰਨੀ ਮੁਹੱਬਤ ਹੈ। ਜਦੋਂ ਮੈਂ ਨਾਂ ਲਵਾਂਗਾ ਬਾਬਾ ਗੁਲਾਮ ਹੁਸੈਨ ਰੀਮ ਕਾਦਰੀ, ਤੇ ਹਰ ਪੰਜਾਬੀ ਨੂੰ ਉਹ ਯਾਦ ਆ ਜਾਏਗਾ ਮੁਕੱਦਮਾ ਜਿਹੜਾ ਇਹਨਾਂ ਪੰਜਾਬੀ ਦਾ ਲੜਿਆ, ਕਿ ਉੱਠ ਸ਼ਾਹ ਹੁਸੈਨਾ ਵੇਖ ਲੈ ਅਸੀਂ ਬਦਲੀ ਬੈਠੇ ਭੇਸ। ਇਹ ਐਸੀ ਇੱਕ ਨਜ਼ਮ ਹੈ, ਮੈਨੂੰ ਵੀ ਇਹਨੇ ਪੜਾਇਆ ਬਾਬਾ ਜੀ ਤੱਕ, ਔਰ ਲੱਖਾਂ ਪੰਜਾਬੀਆਂ ਨੂੰ ਇਹਨਾਂ ਤੱਕ ਉਹਨਾਂ ਵਿਛਾਇਆ, ਕਿਉਂਕਿ ਫਕੀਰ ਆਦਮੀ ਨੇ ਆਪ ਤੇ ਨਹੀਂ ਜਾਂਦੇ ਕਿਤੇ, ਲੇਕਿਨ ਇਸ ਨਜ਼ਮ ਨੇ ਸਾਰਿਆਂ ਨੂੰ ਲਿਆ ਕੇ ਇਹਨਾਂ ਦੀ ਦਰਗਾਹ 'ਚ ਬਾ ਛੱਡਿਆ। ਇਹਨਾਂ ਦੀ ਮੇਰੇ ਇੱਕ ਨਜ਼ਮ ਨਜ਼ਰ ਆ ਰਹੀ ਹੈ ਸਕਰੀਨ ਤੇ, ਕਿ ਅਸਾਂ ਮੱਚ ਮਚਾਇਆ ਇਸ਼ਕ ਦਾ, ਸਾਡਾ ਲੂਸਿਆ ਇੱਕ ਇੱਕ ਲੂੰ, ਅਸਾਂ ਮੱਚ ਮਚਾਇਆ ਇਸ਼ਕ ਦਾ, ਸਾਡਾ ਲੂਸਿਆ ਇੱਕ ਇੱਕ ਲੂੰ, ਅਸੀਂ ਖੁਦ ਨੂੰ ਭੁੱਲੇ ਸਾਂਵਲਾ, ਅਸਾਂ ਹਰ ਦਮ ਜਪਿਆ ਤੂੰ, ਤੇ ਤੂੰ ਨੂੰ ਜਪਣ ਵਾਲਾ ਇਹ ਅੱਜ ਦਾ ਸਾਡਾ ਮਹਿਮਾਨ, ਅੱਜ ਦਾ ਮਹਾਨ ਸ਼ਾਇਰ ਸਾਡੇ ਨਾਲ ਸ਼ਾਮਲ ਨੇ, ਔਰ ਨਾਲ ਹੀ ਨਾਲ ਸਾਡੇ ਚੜ੍ਹਦੇ ਪੰਜਾਬ ਤੋਂ ਬਹੁਤ ਹੀ ਸੋਹਣੇ ਸੁਜਵਾਨ ਜਿਨ੍ਹਾਂ ਦੀ ਗੀਤਾਂ 'ਚ ਜਾਣ ਹੈ। ਇੱਕ ਦੋਸਤ ਕਹਿ ਰਹੇ ਸੀ ਕਿ ਅਸ਼ੋਕ ਬੰਸਲ ਹੋਰਾਂ ਦੀ ਗੀਤ ਉਹਨਾਂ ਲਈ ਆਕਸੀਜਨ ਨੇ, ਤੇ ਅਸੀਂ ਸਮਝਾਂਗੇ ਕਿ ਉਹਨਾਂ ਦੀ ਮੌਜੂਦਗੀ ਮੇਰੇ ਲਈ ਔਰ ਬਾਬਾ ਗੁਲਾਮ ਹੁਸੈਨ ਨਦੀਮ ਹੋਰਾਂ ਲਈ ਵੀ ਬੜਾ ਸਵਾਦ ਦੇਗੀ, ਕਿ ਬਾਬਾ ਜੀ ਤੇ ਅੱਗੇ ਹੀ ਮਹਿਫਲਾਂ ਦੇ ਬੰਦੇ ਨੇ, ਤੇ ਅਸ਼ੋਕ ਬੰਸਲ ਹੋਰਾਂ ਨੂੰ ਵੀ ਅਸੀਂ ਜੀਆਇਆਂ ਨੂੰ ਆਖਦੇ ਹਾਂ, ਅਸੀਂ ਦੋਵੇਂ ਰਲ ਕੇ ਬਾਬਾ ਜੀ ਨਾਲ ਸਵਾਲ ਕਰਨੇ ਨੇ। ਬਾਬਾ ਜੀ ਦਾ ਇੱਕ ਪਿਆਰ ਹੈ, ਇਹ ਬੜੀ ਮੁਹੱਬਤ ਵਾਲੇ ਬੰਦੇ ਨੇ, ਲੇਕਿਨ ਜਿਹੜੇ ਜਿਨ੍ਹਾਂ ਬੰਦਿਆਂ ਨੂੰ ਸੁਣਿਆ ਉਹਨਾਂ ਨੂੰ ਹੁੰਦਾ ਕਿ ਯਾਰ ਦੋ ਰਲ ਕੇ ਖੜੇ ਸੀ, ਸਵਾਲ ਕਰਨ ਜੋਗੇ ਹੋ ਗੱਲ ਜਾਈਏ। ਉਹ ਕਹਿੰਦੇ ਦੋ ਹਲਕੇ ਨੂੰ ਢਾਲੀਏ, ਮੈਂ ਤੇ ਅੱਗੇ ਹੀ ਬੜਾ ਮਾੜਾ ਜਿਹਾ ਸਾਈ ਜੀ। ਵਾਹ ਜੀ ਵਾਹ ਬਾਬਾ ਜੀ, ਜੀਆਂ ਨੂੰ ਆਖਦੇ ਆ ਜੀ, ਸਲਾਮਤ ਜੀ, ਰਹੋ ਸਤ ਤੁਸੀਂ। ਬਿਸਮਿਲ੍ਲਾ, ਜਿਉਂਦੇ ਵਸਦੇ ਰਹੋ, ਮੌਲਾ ਤੁਹਾਨੂੰ ਸਲਾਮਤ ਰੱਖੇ, ਚੜ੍ਹਦੀ ਕਲਾ ਚ ਰਹੋ, ਸੱਚੇ ਬਾਦਸ਼ਾਹ ਤੁਹਾਨੂੰ ਗਿਆਨ ਧਿਆਨ ਬਖਸ਼ੇ। ਤੇ ਅਸ਼ੋਕ ਬੰਸਲ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ, ਤੁਸੀਂ ਕੁਝ ਕਹੋਗੇ ਤੇ ਪਤਾ ਲੱਗੇਗਾ ਆ ਰਹੇ ਹੋ ਵਿੱਚ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀਆਂ ਦਾ ਮੈਂ ਸ਼ੁਕਰ ਗੁਜ਼ਾਰ ਹਾਂ, ਔਰ ਸਾਰਿਆਂ ਨੂੰ ਪ੍ਰਣਾਮ ਕਹਿਣਾ ਸਭ ਤੋਂ ਪਹਿਲਾਂ। ਕਿਆ ਔਰ ਬਾਤ, ਮੇਰੇ ਲਈ ਅਜੇ ਭਾਗਾਂ ਵਾਲੀ ਗੱਲ ਹੈ ਕਿ ਮੈਂ ਬਾਬਾ ਜੀ ਦੇ ਦਰਸ਼ਨ ਕਰ ਰਿਹਾ ਔਰ ਉਹਨਾਂ ਨਾਲ ਗੱਲ ਕਰ ਰਿਹਾ। ਵਾਹ 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 ਵਾਹ, ਲਓ ਜੀ ਔਰ ਅਸ਼ੋਕ ਮੇਰੇ ਜੀ, ਮੇਰੇ ਗੱਲ ਯਾਦ ਹੈ ਕਿ ਮੈਂ ਅੱਜ ਤੋਂ 7-8 ਵਰੇ ਪਹਿਲਾਂ ਇੰਗਲੈਂਡ ਸੀ, ਉੱਥੇ ਮੈਂ ਬਾਬਾ ਜੀ ਦੀ ਇੱਕ ਕਵਿਤਾ ਸੁਣੀ। ਉਹ ਕਵਿਤਾ ਜਦੋਂ ਮੈਂ ਸੁਣ ਰਿਹਾ ਸੀ ਤਾਂ ਮੈਨੂੰ ਏਦਾਂ ਲੱਗ ਰਿਹਾ ਸੀ ਕਿ ਕੋਈ ਪਾਕਿਸਤਾਨ ਦਾ ਸ਼ਾਇਰ, ਕੋਈ ਕੈਨੇਡਾ ਜਾਂ ਅਮਰੀਕਾ ਰਹਿੰਦਾ ਜਿਹੜੀ ਆਪਣੀ ਗੱਲ ਕਰ ਰਿਹਾ। ਤੇ ਉਹਦੇ ਵਿੱਚ ਜਦੋਂ ਮੈਂ ਬਾਬੇ ਨਾਨਕ ਦਾ ਨਾਂ ਸੁਣਿਆ, ਬਾਹੂ ਦਾ ਨਾਂ ਸੁਣਿਆ, ਸੁਲਤਾਨ ਬਾਹੂ ਦਾ ਨਾਂ ਸੁਣਿਆ, ਸ਼ਾਹ ਹੁਸੈਨ ਦਾ ਨਾਂ ਸੁਣਿਆ, ਸ਼ਿਵ ਕੁਮਾਰ ਬਟਾਲਵੀ ਦਾ ਨਾਂ ਸੁਣਿਆ, ਮੇਰੇ ਮਨ 'ਚ ਇੱਕ ਜਿਗਿਆਸਾ ਪੈਦਾ ਹੋਈ ਕਿ ਬੰਦਾ ਹੈ ਕੌਣ ਤੇ ਮਿਲਾ ਕਿਵੇਂ। ਉਸ ਤੋਂ ਬਾਅਦ ਬਾਬਾ ਜੀ ਨਾਲ ਰਾਬਤਾ ਹੋਇਆ ਕਿ ਅੱਜ ਬਾਬਾ ਜੀ ਨਾਲ ਗੱਲ ਕਰਦੇ ਆ। ਲਓ ਜੀ, ਅੱਛਾ ਤੁਹਾਡੇ ਤੋਂ ਪਹਿਲਾਂ ਕੁਦਰਤੀ ਮੈਂ ਕਹਿ ਰਿਹਾ ਸੀ ਕਿ ਐਸੀ ਇੱਕ ਨਜ਼ਮ ਹੈ, ਇਹ ਐਸੀ ਸ਼ਾਇਰੀ ਹੈ ਜਿਹਨੇ ਬਹੁਤ ਲੋਕਾਂ ਨੂੰ ਬਾਬਾ ਜੀ ਨਾਲ ਮਿਲਾਇਆ, ਤੇ ਜੀ ਮੈਂ ਜੀ ਜੀ ਸਮਝ ਅਮਰ ਕਲਾਮ ਉਹ ਹੀ ਹੁੰਦਾ ਜਿਹੜਾ ਖਿੱਚ ਕੇ ਤੁਹਾਨੂੰ ਸ਼ਾਇਰ ਤੱਕ ਲੈ ਜਾਵੇ, ਤੇ ਅਸੀਂ ਬਿਲਕੁਲ ਜੀ ਬਿਲਕੁਲ ਇੰਨੀ ਦਫਾ ਸੁਣੀ ਹੈ। ਅੱਛਾ ਮੈਨੂੰ ਕਈਆਂ ਬੰਦਿਆਂ ਕਿਹਾ ਕਿ ਤੁਸੀਂ ਸ਼ਾਇਰ ਹੋ, ਮੈਂ ਕਿਹਾ ਹੋ ਯਾਰ, ਉਹ ਕਦੀ ਸੁਣ ਮਿਲੇ ਹੋ ਅਮਰ ਕਲਾਮ ਨਹੀਂ ਮੈਨੂੰ। ਅੱਛਾ ਬਾਬਾ ਜੀ ਬਣ ਗਏ ਨੇ ਸਰਟੀਫਿਕੇਸ਼ਨ ਤੇ ਮੋਹਰ ਲੱਗਦੀ ਸ਼ਾਇਰਾਂ ਨੂੰ, ਤੇ ਇਹ ਸੁਣ ਵਾਹ ਕੇ ਜੀ ਵਾਹ, ਮੇਰਾ ਵੀ, ਤੇ ਮੈਂ ਚਾਹਾਂਗਾ ਕਿ ਇਹਨਾਂ ਨਾਲ ਪਹਿਲੀ ਗੱਲ ਕਰਨ ਤੋਂ ਪਹਿਲਾਂ ਅਗਰ ਇਹਨਾਂ ਦੇ ਮੂੰਹ ਉਹ ਨਜ਼ਮ ਸੁਣ ਰਹੀ ਹੈ ਈਸ਼ੋਰ ਜਗਤ ਜਿਹੜੀ ਬਿਲ ਹੈ ਜੀ ਜਗਤਗੀਰ, ਤੇ ਉਹ ਫਿਰ ਸਵਾਦ ਹੋਰ ਫੱਬੇਗਾ ਕਿ ਗੱਲਾਂ ਹੁੰਦੀਆਂ ਰਹਿਣਗੀਆਂ। ਬਾਬਾ ਜੀ ਤੁਹਾਡੇ ਮੂੰਹ ਸੁਣਨਾ ਜੀ ਚਾਹੁੰਦੇ ਜੀ ਨੇ ਜੀ ਬੇਲੀ ਨਾ ਜੀ, ਜੀ ਮੇਰਾ ਸਾਰੇ ਸੰਗੀ ਬੇਲੀਆਂ ਨੂੰ, ਪੰਜਾਬੀ ਪਿਆਰਿਆਂ ਨੂੰ ਅਸਲਾਮ ਅਲੈਕਮ, ਸਤਿ ਸ੍ਰੀ ਅਕਾਲ। ਇਹ ਜਿਉਂਦੇ ਵਸਦੇ ਰਹਿਣ, ਸ਼ਹਿਨ ਸ਼ਾਹ ਇਹਨਾਂ ਨੂੰ ਖੁਸ਼ਬਾਸ਼ ਰੱਖੇ, ਹੱਸਦਾ ਵਸਦਾ ਰੱਖੇ। ਪਹਿਲੀ ਗੱਲ ਇਹ ਕਿ ਤੁਸੀਂ ਕਿਹਾ ਕਿ ਇਸ ਕਵਿਤਾ ਨੇ ਬਾਬੇ ਹੋਰਾਂ ਨਾਲ ਨਾ ਬਹੁਤ ਸਾਰੇ ਲੋਕਾਂ ਨੂੰ ਮਿਲਾਇਆ। ਜੀ ਜਿਹੜੇ ਬਹੁਤ ਸਾਰੇ ਲੋਕਾਂ ਦਾ ਮਿਲਣਾ ਹੁੰਦਾ ਨਾ, ਇਹ ਬਾਹਰਲੀ ਗੱਲ ਹੈ। ਕਵਿਤਾ, ਨਜ਼ਮ, ਗਜ਼ਲ, ਕਲਾਮ, ਇੱਕ ਹੁੰਦੀ ਸ਼ਾਇਰੀ, ਇੱਕ ਹੁੰਦਾ ਵਿੱਚ ਉਹ ਥੋੜਾ ਜਿਹਾ ਜਦੋਂ ਉਹਦੇ ਚ ਪੱਕੀ ਗੱਲ ਹੁੰਦੀ, ਉਹ ਹੁੰਦਾ ਕਲਾਮ ਜਿਹੜਾ ਸੀਨਿਆਂ ਚ ਆ ਜਾਂਦਾ। ਉਸ ਤੋਂ ਬਾਅਦ ਫਿਰ ਉਹ ਬਣ ਜਾਂਦਾ ਗਿਆਨ। ਉਹ ਗਿਆਨ ਜਿਹੜਾ ਹੁੰਦਾ ਨਾ, ਨਾ ਕਿਸੇ ਕਿਤਾਬ ਚ ਲਿਖਿਆ ਹੋਵੇ ਤੇ ਉਹ ਬੋਲ ਦੀਆਂ ਕਿਤਾਬਾਂ ਪੈਦਾ ਕਰਦਾ। ਉਹ ਜਿਵੇਂ ਬੁੱਲੇ ਸ਼ਾਹ ਜੀ ਨੇ ਬੋਲ ਦੀਆਂ ਕਿਤਾਬਾਂ ਬਣਾਈਆਂ, ਕੋਈ ਕਿਤਾਬਾਂ ਛਪਾਈਆਂ ਨਹੀਂ,
वारशाह जी ने बोल दियां किताबां बनाती कि लोगों के सीनियां च वड़ गए, दिलों के वड़ गए, उन्होंने विचों बाहर निकल लग पिया। यानी एक किताब है कोई चुकेगा तो पढ़ेगा फिर वह किताब जी वह अपना आप खोलेगी। एक वो होंगी है जी किताब बोलती है, वह बोलती किताब जी बंदे दे पुरुष के सीने के होंगी है जी ये ही बोलनी होंगी है। तो शायरी वो होंगी, एक नज़म ने लोगों को मेरे ना की मिलाना सी, इन्हें मैनू अपने आप ना मिला दिता। मैनु अपने आप नाल ही मिलिया मजदूरिया दे विच कोई इधर इधर सारा कुछ करदे आ। लेकिन वो जो मेरे साईं फरमांदे हुंदे सी कि यार वो मैनु कहंदे हुंदे सन जोगी, उन्होंने मैनु कहना यार जोगी गल तू ओदां दी करिया कर जिहड़ी दिहाड़ी करन वाले दी, सड़क बनाउण वाले दी, भट्ठे ते ईटां बनाउण वाले दी वी समझ आवे, ते जिहड़ा किते सदारती कुर्सी ते बैठा उहदी समझ वी आवे, तद तेरी गल है। वरना तेरी कोई गल नहीं हैगी। जे तू उन्हां नूं गल सुनाउणी है ते फिर जिहड़े दिहाड़ी करदे इन्हां नूं किहने दसणी आ, जेडे सारी दिहाड़ी जुत्तियां कढ़ते इन्हां नूं किहने दसणी आ, जेडे बंदे सारी दिहाड़ी पैलियां दे विच खेतां च काम करदे ने उन्हां नूं कौन दसूगा। तू इदां दी गल कर जेड़ी सारियां दी समझ आवे। वो फिर वो इधर नूं मेरा मन उन्होंने लाया, मैनूं इधर नूं पीता, ते ऐ फिर जेड़ियां चीजां जेड़ियां के अंदरों निकल आने वालियां सन, जेड़ी हमेशा उहो ही कविता उहो ही शेर चंगा लगदा वा जेड़ा इस बंदे दे अंदर होवे, ते इहदे कोल इजहार ना हो सकिया होवे, वो दूजे कोल हो जाए तो इहनूं वधिया लगदा कि यार ये मेरी गल सी कह रही। सानी ये हर पंजाबी दे दिल की गल सी, वारिस शाह जी नूं मनन वाले दी, शाह हुसैन जी नूं मनन वाले दी, बुले शाह दे पंथ ते टुरन वाले दी, गुरु नानक देव जी महाराज नूं मनन वालेयां दी, ख्वाजा गुलाम फरीद नूं मनन वालेयां दी, बाबा फरीद जी नूं मनन वालेयां दी, ये सारे उन्हां मनन वालेयां दी गल सी कि जिहड़ी साईं ने मेरे ते एक शक्ति पैदा कर दी, मेरे विच ताकत दी, मालक ने मेरे अंदरों एक गल कढ दी, तो सारियां दी सांझी हो गई। ये मेरी नहीं आ ना, ये अपनी हुंदी आ ना, इलम अपना हुंदा वा, इलम जिथों मिले वह इहदा वा, ते जिहनूं इहदे कोलों मिले ते उहदा वा, क्योंकि इह सांझा वा। इलम दे मैने ने जानना, दूसरी ते फोटो स्टेट आ, वो जो पढ़िया जो रटिया उही अगे कह लिया, जो किताब तो पढ़िया वो अगे इंटरव्यू च कह लिया, ये तो रटिया हुई गल्लां ने, ये तो फोटो स्टेट ने। इलम तो वह जिहड़ा इहदे ते उभरदे आ जदों इहनूं अपने दिल का पता लग जाए, उस दिल दे विच इहनूं दर्द का पता लग जाए, उस दर्द दे विच मिठास लभ जाए, उस मिठास च इहनूं तिश्नगी महसूस होवे, उहदे च हसरत फुटे, उहदे च उम्मीद निकले, उहदे च यकीन बन जाए, उहदे च उस चंगा ख्याल बन जाए, उस ख्याल च तसव्वर होवे, उस तसव्वर च जिहड़ी तस्वीर बनेगी उह इहदी कविता होनी है, जिहड़ी इहदी अपनी होनी है। यार क्या बात बाबा जी, क्या बात है, वरना इह गल्लां ही ने जिन्हें मर्जी चुक चुक के बंदा करी जाए। साढ़े अर्गत कोई दिहाड़ीदार जिहड़ा वा कितें लुकिया छुपया, एक बंदा है, एक फुल गुलाब दा है ना, और कितने दूर गमले च लगा होया वा, किसी पिछले किसी कच्चे कोठे दे विच कच्चे वेड़े दे विच जिहड़ा गोहे नाल ते मिट्टी नाल लिपिया होया उहदे च भी लगा है, वो लेकिन वह गोभी का तो नहीं ना बन जाना फुल, तो वह गुलाब का ही रहना वा, जिहदे किसी जन नाल आएगा सारा जान कही जाए कहिंदे नहीं की ये की, जदों कोई जन नाल आएगा कहेगा यार तैनू नहीं दिसदा ये की, ये गुलाब का फुल आ, तुहानू तो फिर तुसी तो देखिया ही नहीं। तो जो गल जी चंगी है वह जी एदी है, वह एदी गल जी है वह उहदी गल है जिहड़ा इहदे च रहिंदा है, तो जिहड़ा इहदे च रहिंदा वह सारे संसार च रहिंदा, इहदा मतलब सारयां दी सांझी गल है। वाह 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 वाह, जिहड़ा सारे तुसी जिउंदे रहो इस जी जी अज दे प्रोग्राम ये भी अज दे प्रोग्राम नूं इह भाग जांदा है कि असीं इह देखिया है कि बाबा जी शायद हम सोने बुलार भी ने, शायद ते है बुलार बाबा जी मुकम्मल होवे, शायर की हुंदा है, बुलार की हुंदा है, इहनूं पहलों बंदा बनना चाहिए है, बंदा बंदगी दा नहीं ते गंदगी दा, या बंदगी च होएगा ते बंदा नहीं ते गंदगी दा वा। वाह वाह बहुत खूब, इहनूं बंदा पहलों बनना चाहिए वा, बुलार बनना, शायर बनना वा, इहने फिलासफर बनना वा, इहने दानश्वर बनना, इहने डॉक्टर बनना, इहने इंजीनियर बनना, पहलों बंदा बनना, जे चंगा बंदा ते फिर सब कुछ उस चंगे बंदे च हुंदा है। साधुआं ने सानूं इह कि बंदा बंदगी दा नहीं ते गंदगी दा, क्योंकि इन्हें आप ही ते बनना, मेरे साधु फरमांदे हुंदे सन कि जदों ये नेकी दे बदले नेकी करदा इंसान है, जदों बदी दे बदले बदी करदा हैवान है, ते जदों बदी दे बदले अगों नेकी करदा है भगवान है, ते जदों नेकी बदले अगों बदी करदा है शैतान है। इहदे ते कविता आउंदियां ने सारियां, ते जिवें जिवें खुली जांदी है इस पंथ नूं टुरिया जांदा वा,
ਤੇ ਮਾਲਕ ਇਹਨੂੰ ਮੌਜਾਂ ਲਾ ਦਿੰਦਾ ਵਾ, ਇਹਦਾ ਗਿਆਨ ਖੁੱਲ ਜਾਂਦਾ ਵਾ, ਇਹ ਲੋਭ ਤੋਂ ਪਾਕ ਹੋ ਜਾਂਦਾ ਵਾ, ਲਾਲਚ ਤੋਂ ਪਾਕ ਹੋ ਜਾਂਦਾ ਵਾ, ਹਿਰਸ ਤੋਂ ਪਾਕ ਹੋ ਜਾਂਦਾ ਵਾ, ਹਵਸ ਤੋਂ ਪਾਕ ਹੋ ਜਾਂਦਾ, ਬੇਈਮਾਨੀ ਚੋਂ ਪਾਕ ਹੋ ਜਾਂਦਾ। ਤੇ ਜੇ ਇਹਨੂੰ ਕਲਾਮ ਉਤਰਨ ਦਿਆ ਵਾ ਤੇ ਫਿਰ ਇਹਦੇ 'ਚ ਬੇਈਮਾਨੀ ਵੀ ਆ, ਦੂਸਰੇ ਨੂੰ ਬੁਰਾ ਵੀ ਕਹਿਣ ਦਿਆ ਵਾ, ਤੇ ਫਿਰ ਕਾਹਦੀ ਗੱਲ ਆ ਇਹਦੇ ਵਿੱਚ? ਫਿਰ ਤੇ ਇਹਦੇ ਕੋਈ ਗੱਲ ਹੀ ਕੋਈ ਨਹੀਂ। ਤੇ ਜੇ ਇਹਨੂੰ ਫਿਰ ਤੇ ਸ਼ੀਸ਼ਾ ਵਾ, ਸ਼ੀਸ਼ੇ 'ਚ ਤੇ ਆਪਣਾ ਆਪ ਦਿਸਣਾ ਵਾ, ਜੇ ਮੈਂ ਦੂਜੇ ਨੂੰ ਬੁਰਾ ਕਹਿਣਾ ਵਾ ਤੇ ਫਿਰ ਮੈਂ ਚੰਗਾ ਕਿੱਥੋਂ ਹੋ ਗਿਆ? ਕੋਈ ਵੀ ਬੁਰਾ ਨਹੀਂ ਹੈਗਾ। ਸਾਧੂਆਂ ਦੀ ਨਜ਼ਰ ਦੇ ਵਿੱਚ ਹਨੇਰਾ ਹੁੰਦਾ ਹੀ ਨਹੀਂ, ਉਹ ਕਹਿੰਦੇ ਹਨੇਰੇ ਦਾ ਵਜੂਦ ਹੀ ਹੈ ਨੀ ਗਾ, ਸਾਧੂ ਕਹਿੰਦੇ, ਉਹ ਕਹਿੰਦੇ ਬਸ ਇੱਥੇ ਬਲਬ ਹੈ ਨੀ, ਬਲਬ ਹਨੇਰਾ ਖਤਮ। ਬਜਾਏ ਇਹ ਦੱਸੀ ਜਾਣਾ ਕਿ ਬੜਾ ਹਨੇਰਾ ਵਾ, ਬੜਾ ਹਨੇਰਾ ਵਾ, ਬੜਾ ਹਨੇਰਾ ਵਾ, ਇਹ ਕਿਉਂ ਕਰਨਾ ਤੂੰ? ਬਲਬ ਕਿਉਂ ਨੀ ਬਣਦਾ? ਉਸ ਹਨੇਰਾ ਤੈਨੂੰ ਕਹਿਣਾ ਨਾ ਪਵੇ ਇੱਥੇ ਬੜਾ ਹਨੇਰਾ ਵਾ। ਇਸ ਕਰਕੇ ਇਹਨੂੰ ਬਲਬ ਬਣਨਾ ਚਾਹੀਦਾ, ਇਹਨੂੰ ਲਾਈਟ ਬਣਨਾ ਚਾਹੀਦਾ, ਇਹਨੂੰ ਰੋਸ਼ਨੀ ਬਣਨਾ ਚਾਹੀਦਾ। ਇਲਮ ਤੇ ਰੋਸ਼ਨੀ ਹੈ, ਇਸ ਕਰਕੇ ਤੁਸੀਂ ਜਿਉਂਦੇ ਰਹੋ। ਹੋਰ ਪਾਸੇ ਨਿਕਲ ਗਈ ਸਾਡੇ ਸਾਧੂਆਂ ਦੀ, ਲੇਕਿਨ ਇਹ ਗੱਲ ਚ ਜੀ ਜੀ ਜਿੱਧਰ ਵੀ ਨਿਕਲੇ ਜੀ, ਲੋਕੀ ਚਾਹੁੰਦੇ ਨੇ ਕਿ ਗੱਲ ਨਿਕਲੇ, ਲੋਕੀ ਤੁਹਾਨੂੰ ਸੁਣਨਾ ਚਾਹੁੰਦੇ ਨੇ। ਮਾਲਕ ਤੁਹਾਨੂੰ ਸਲਾਮਤ ਰੱਖੇ, ਤੁਸੀਂ ਜਿਉਂਦੇ ਰਹੋ। ਤੇ ਉਹ ਮੈਂ ਉਹ ਨਜ਼ਮ ਤੋਂ ਸਰ ਸ਼ੁਰੂ ਕਰਨਾ ਹੈ। ਵੈਸੇ ਤੇ ਜਿਹੜੀ ਤੁਹਾਡੀ ਨਜ਼ਮ, ਤੁਸੀਂ ਇੱਕ ਜਗ੍ਹਾ ਇੱਕ ਇੰਟਰਵਿਊ ਚ ਆਪਣਾ ਤਾਰਫ ਕਰਾਇਆ ਸੀ ਇੱਕ ਨਜ਼ਮ ਦੇ ਤਰੀਕੇ ਨਾਲ, ਕਿ ਮੈਂ ਸੀ ਤੇ ਪਹਿਲਾਂ ਉਹ ਜਿਹੜੀ ਜਗਤ ਘੁੰਮੀ ਤਲੀ, ਜਗਤ ਘੁੰਮੀ ਨਜ਼ਮ ਹੈ, ਉਹ ਸੁਣ ਲਈਏ। ਹਾਂ, ਮੈਂ ਅਸ਼ੋਕ ਸਾਹਿਬ ਦੀ ਗੱਲ ਸੁਣਨੀ ਚਾਹੁੰਦਾ, ਕੁਝ ਕਹਿ ਰਹੇ ਨੇ ਜੀ। ਬਿਸਮਿਲਲਾ ਬਾਬਾ ਜੀ, ਮੈਂ ਇਹ ਗੱਲ ਕਹਿਣੀ ਚਾਹਣਾ ਕਿ ਜਿੰਨੀਆਂ ਤੁਸੀਂ ਹੁਣ ਤੱਕ ਗੱਲਾਂ ਕੀਤੀਆਂ ਮੇਰੇ ਲਈ ਤਾਂ ਉਹ ਵੀ ਇੱਕ ਕਵਿਤਾ ਹੀ ਹੈ। ਬਿਲਕੁਲ, ਤੁਸੀਂ ਜਿਉਂਦੇ ਰਹੋ, ਤੁਸੀਂ ਜਿਉਂਦੇ ਰਹੋ। ਉਹ ਮੇਰੇ ਸਾਈ ਨਾ, ਇੱਕ ਵਾਰੀ ਅਸੀਂ ਬੈਠੇ ਤੇ ਇੱਕ ਭਾਈ ਸਾਹਿਬ ਆਏ ਤੇ ਉਹ ਨਾਤ ਪੜ੍ਹਦੇ ਹੁੰਦੇ ਸਨ, ਤੇ ਮੈਨੂੰ ਆਣ ਕੇ ਕਹਿਣ ਲੱਗੇ ਕਿ ਬਾਬਾ ਜੀ ਤੁਸੀਂ ਨਾਤ ਲਿਖੋ, ਨਾਤ ਲਿਖੋ। ਤੇ ਮੇਰੇ ਸਾਈ ਪਾਕ ਵੀ ਕੋਲ ਹੀ ਤਸ਼ਰੀਫ ਫਰਮਾ ਸਨ ਮੇਰੇ ਬਾਬਾ ਜੀ। ਉਹ ਕਹਿੰਦੇ ਯਾਰ ਇਹ ਜੋ ਸੁਣਾਉਂਦਾ ਵਾ ਇਹਦੇ ਕੋਲ ਸੁਣੀ ਜਾ, ਬਸ ਉਹ ਠੀਕ ਆ। ਕਹਿੰਦੇ ਨਹੀਂ ਜੀ, ਨਾਤ ਵੀ ਤੇ ਲਿਖਿਆ ਕਰਨ ਨਾ। ਉਹ ਕਹਿੰਦੇ ਝੱਲਿਆ, ਇਹ ਜਿਹੜੀ ਵੀ ਨਜ਼ਮ ਲਿਖਦਾ ਜਦੋਂ ਵਜ਼ੂ ਕਰ ਲੈਂਦੀ ਨਾਤ ਬਣ ਜਾਂਦੀ ਆ। ਅਸੀਂ ਤੇ ਸਾਈਆਂ ਦੀ ਹੈ, ਬਸ ਸਾਈਆਂ ਦੇ ਬਸ ਤਾਜ ਜਿਹੜਾ ਜੁੱਤੀਆਂ ਆਪਣੇ ਸਿਰ ਤੇ ਰੱਖ ਕੇ ਤੇ ਇਸ ਲੈਨ ਨੂੰ ਟੁਰੇ ਆ। ਇਹਦੇ ਵਿੱਚ ਤੇ ਆਪਣਾ ਨਾ ਹੋਣਾ ਹੀ ਹੁੰਦਾ ਵਾ, ਇਹਦੇ ਚ ਜਿਹੜਾ ਹੋਣਾ ਵਾ ਨਾ ਉਹ ਕੁਝ ਨਹੀਂ ਹੈਗਾ, ਜਿਹੜਾ ਨਹੀਂ ਹੋਣਾ ਉਹ ਹੀ ਹੈਗਾ ਵਾ। ਇੱਥੇ ਹੋਣਾ ਤੇ ਹੈ ਹੀ ਨੀ, ਨਾ ਹੋਣਾ ਹੀ ਸਭ ਕੁਝ ਹੋਣਾ ਵਾ। ਤੇ ਮੈਂ ਉਹ ਜਰੂਰ ਗਜ਼ਲ ਦੇ ਇੱਕ ਦੋ ਬੰਦ ਸੁਣਾ ਦੇਣਾ ਵਾ, ਕਿਉਂਕਿ ਨਜ਼ਮ ਤੇ ਉਹ ਤਵੀਲ ਹੈ ਜੀ ਜੀ। ਬਲਕਿ ਹੋਰ ਗੱਲ ਜਿਹੜੀ ਅੱਜ ਤੱਕ ਮੈਂ ਕਿਸੇ ਨੇ ਨੀ ਕੀਤੀ, ਇੱਕ ਰਾਜ਼ ਹੈ ਇਹ ਜਿਹੜੀ ਕਵਿਤਾ ਹੈ ਨਾ, ਉਸ਼ਾ ਹੁਸੈਨਾ ਵੇਖ ਲਿਆ ਬਦਲੀ ਬੈਠੇ ਭੇਸ, ਇਹ ਜਦੋਂ ਮੈਂ ਸ਼ੁਰੂ ਕੀਤੀ ਹੈ ਨਾ, ਉਦੋਂ ਉਸ਼ਾ ਹੁਸੈਨ ਜੀ ਦੇ ਮੈਨੂੰ ਦਰਸ਼ਨ ਹੋਏ। ਇਹ ਮੇਰੇ ਮਾਲਕ ਦੀ ਕਿਰਪਾ ਹੈ, ਤੇ ਮੇਰੇ ਸੁਪਨੇ ਚ ਆਏ। ਉਹ ਜਦੋਂ ਸ਼ਾਹ ਹੁਸੈਨ ਜੀ ਆਏ ਨਾ, ਤੇ ਉਸ ਤੋਂ ਬਾਅਦ ਬੁੱਲੇ ਸ਼ਾਹ ਆ ਗਏ, ਤੇ ਆਣ ਕੇ ਨਾ ਮੇਰੇ ਸਾਹਮਣੇ ਉਹ ਖਲੋਤੇ ਨੇ, ਤੇ ਮੈਂ ਵੀ ਘੁੰਗਰੂ ਪਾਏ ਨੇ, ਤੇ ਉਹਨਾਂ ਨੇ ਵੀ ਘੁੰਗਰੂ ਪਾਏ ਨੇ, ਤੇ ਮੈਨੂੰ ਕਹਿੰਦੇ ਮੈਂ ਕਿੱਥੇ ਆ। ਉਹ ਦੂਸਰੇ ਦਿਨ ਉਹ ਆ ਗਏ, ਉਹ ਇਸ ਤਰ੍ਹਾਂ ਹੀ ਚੱਲਣਾ ਸ਼ੁਰੂ ਹੋ ਗਿਆ, ਤੇ ਐਂਡ ਤੇ ਉਹ ਸ਼ਿਵ ਕੁਮਾਰ ਆ ਗਿਆ ਮੇਰੇ ਕੋਲ। ਇਹ ਕੋਈ ਐਸੀ ਗੱਲ ਨਹੀਂ, ਮਾਲਕ ਕੋ ਡਰ ਕੇ ਕਹਿੰਦਾ ਵਾ, ਇੱਕ ਰਾਜ਼ ਸੀਗਾ, ਲੇਕਿਨ ਉਹ ਅੰਦਰੋਂ ਨਾ ਉੱਠ ਪਿਆ ਕਿ ਇੰਟਰਵਿਊ ਬੇਵਾ ਲੋਕ ਕਰਨ ਦੇ। ਮੈਂ ਇੱਕ ਮਜ਼ਦੂਰ ਆਦਮੀ ਆ, ਬਾਜ਼ਾਰ 'ਚ ਬੈਠ ਕੇ ਫੁੱਟਪਾਥ ਤੇ ਮਜ਼ਦੂਰੀ ਕਰਨ ਵਾਲਾ, ਲੇਕਿਨ ਬਹੁਤ ਸਾਰੇ ਲੋਕ ਆਉਂਦੇ, ਲੇਕਿਨ ਉਹ ਚੰਦ ਜਗ੍ਹਾ ਤੇ ਨਾ ਗੱਲ ਕਰਨ ਦਾ ਸਵਾਦ ਆਉਂਦਾ ਵਾ। ਉਹ ਕਿੱਥੇ ਸਵਾਦ ਆਉਂਦਾ ਵਾ? ਕਹਿੰਦੇ ਬੀਨ ਜਿਹੜੀ ਹੈ ਨਾ, ਬੀਨ ਮੱਝ ਨੂੰ ਸੁਣਦੀ ਹੈ, ਸੱਪ ਨੂੰ ਤੇ ਸੁਣਦੀ ਨੀ, ਸੱਪ ਦੇ ਤੇ ਕੰਨ ਵੀ ਨਹੀਂ ਹੁੰਦੇ, ਲੇਕਿਨ ਉਹ ਝੂਣ ਦਾ ਸੋਹਣਾ ਲੱਗਦਾ ਵਾ ਸਾਹਮਣੇ, ਇਸ ਕਰਕੇ ਨਾ ਜਾਣ ਦਾ ਮਜ਼ਾ ਆਉਂਦਾ। ਹਾਲਾਂਕਿ ਮੱਝ ਦੇ ਕੰਨ ਵੀ ਹੁੰਦੇ, ਸਾਹਮਣੇ ਚੰਗੀ ਨਹੀਂ ਲੱਗਦੀ। ਕੁਝ ਜੀ ਐਸੇ ਹੁੰਦੇ ਨੇ ਜਿੱਥੇ ਗੱਲ ਕਰਦੇ ਇੰਜ ਲੱਗਦਾ ਕਿ ਜਿਵੇਂ ਯਾਰ ਬੰਦਾ ਆਪਣੇ ਆਪ ਨਾਲ ਹੀ ਗੱਲ ਕਰਨ ਦਿਆ ਵਾ, ਕਿਉਂਕਿ ਅਸੀਂ ਏਦਾਂ ਦੇ ਲੋਕ ਹੁੰਦੇ ਹਾਂ, ਅਸੀਂ ਸਿਰਫ ਆਪਣੇ ਆਪ ਨੂੰ ਮਿਲਣਾ ਚਾਹੁੰਦੇ ਹੁੰਦੇ ਹਾਂ। ਆਪਣੇ ਆਪ ਨੂੰ ਮਿਲਾਂਗੇ ਤੇ ਰੱਬ ਦਾ ਸਾਨੂੰ ਪਤਾ ਲੱਗੇਗਾ, ਜੇ ਸਾਨੂੰ ਆਪਣਾ ਨਹੀਂ ਨਾ ਪਤਾ ਤੇ ਫਿਰ ਮੈਨੂੰ ਰੱਬ ਦਾ ਕੀ ਪਤਾ? ਜੇ ਮੈਂ ਕਹਾਂ ਕਿ ਮੇਰਾ ਨਾਮ ਗੁਲਾਮ ਨਦੀਮ ਹੈ ਤੇ ਉਹ ਸਾਈ ਹੋਰੀ ਕਹਿਣ ਕਿ ਮੇਰਾ ਨਾਮ ਅਸ਼ੋਕ ਹੈ, ਤੇ ਮੈਂ ਕਹਾਂ ਯਾਰ ਮੈਨੂੰ ਅਸ਼ੋਕ ਵਿੱਚੋਂ ਕੱਢ ਕੇ ਵਿਖਾ ਕਿ ਜਿਸਮ ਦੇ ਤੇ ਹਰ ਹਿੱਸੇ ਦਾ ਨਾਮ ਆ, ਇਹਦਾ ਨਾਂ ਮੱਥਾ ਵਾ, ਨੱਕ ਆ, ਕੰਨ ਆ, ਅੱਖ ਆ, ਠੋਡੀ ਆ, ਬੁੱਲ ਆ, ਦੰਦ ਆ, ਗਰਦਨ ਆ, ਛਾਤੀ, ਉਹ ਯਾਰ ਅਸ਼ੋਕ ਕਿਹਦਾ ਨਾਂ? ਤੇ ਫਿਰ ਉਹ ਮੈਨੂੰ ਅੱਗੋਂ ਕਹਿਣਗੇ ਕਿ ਫਿਰ ਗੁਲਾਮ ਹੁਸੈਨ ਨਦੀਮ ਜਿਹਦਾ ਨਾਂ, ਉਹਦਾ ਨਾਂ ਹੀ ਅਸ਼ੋਕ ਆ, ਬਣ ਕੇ ਵੜਿਆ, ਚਾਹ ਬਣ ਕੇ ਵੜਿਆ ਹੋਇਆ। ਲੇਕਿਨ ਇਹ ਤੇ ਗੱਲ ਹੈ ਕਿ ਉਹਨੂੰ ਲੱਭਣਾ, ਉਹਦੇ ਤੱਕ ਅੱਪੜਨਾ, ਉਹਦੇ ਤੱਕ ਜਾਣਾ। ਉਹ ਜਿਹਨੇ ਆਪਣੇ ਨਫਸ ਨੂੰ ਪਛਾਣਿਆ ਨਾ, ਸਾਡੇ ਪਾਕ ਕਲਾਮ ਚ ਆ ਕਿ ਜਿਹਨੇ ਆਪਣੇ ਨਫਸ ਨੂੰ ਪਛਾਣਿਆ ਉਹਨੇ ਆਪਣੇ ਰੱਬ ਨੂੰ ਪਛਾਣਿਆ, ਤੇ ਜਿਹਨੇ ਆਪਣੇ ਰੱਬ ਨੂੰ ਪਛਾਣ ਲਿਆ ਉਹਦੇ ਵਾਸਤੇ ਆਸਾਨੀਆਂ ਪੈਦਾ ਹੋ ਜਾਂਦੀਆਂ ਨੇ, ਉਹ ਲੋਭ ਲਾਲਚ ਜਿਹੜਾ ਉਹ ਖਤਮ ਹੋ ਜਾਂਦਾ। ਜਿਵੇਂ ਉਹ ਨਜ਼ਮ ਚ ਮੈਂ ਕਿਹਾ ਨਾ ਕਿ ਮਿੱਟੀ ਪਾਣੀ ਅੱਗ ਹਵਾ ਨੂੰ ਇੱਕ ਪਿਆਲੇ ਘੋਲ, ਇੱਕੋ ਡੀਕੇ ਪੀਜਾ ਚਾਰੇ ਪੰਜਵਾਂ ਖੁੱਲੇ ਸੱਚ,
नच नहीं जिंदे नच नहीं जिंदे नच नहीं जिंदे नच आजादी मिली है तो खुश ना हो मतलब जो खुश नहीं हो रहा तो कैद च नहीं सी हैगा वो इनू आजादी समझ रहा सी जेड़ा इथों कैद दे विच है ना क्योंकि दुनिया से जेड़ा वा सुचे बंदे लई यानी मोमन लई कैद खाना वा ते जेदे लिए कैद खाना तो उन्हें ऐलान होया हो तेन रहाई मिल रही उन्हें तो खुश होना चाहिए वो मेरी एक हाँ। बोली है ना कि सानू कैद चो रहाइया मिली सानू कैद चो रहाइया मिली सीटा च ऐलान हो गए सानू कैद चो रहाइया मिली सानू कैद चो रहाइया मिली मसीता च ऐलान हो गए क्योंकि साढ़े लिए कैद है ये कुछ भी नहीं है असि तो वो वेला टपाना ते अपनी असल वाल जाना वा कि साड़ी असल केड़ी है वो जड़ी है वो असल दे विच जड़ा वेला टपाउण दे विच सब तो चंगा वेला ये है कि भुखे नूं रोटी दे तरियाए नूं पानी दे नंगे नूं कपड़ा दे बेघर वास्ते घर का इंतजाम कर ले जे किसी की धी व्याहुण वाली है उहदी नाल हैल्प करके मदद करके उहदा बांह बेली बन के उहनूं बूहे तो उठा दे ये सारा कुछ करदा जाए क्योंकि एक दिन आना वा ते जे मरना ही आ ते फिर चज ना दे मरे जे इन पछाण हो गई तो फिर तो बुले शाह जी ने कहता कि आपे पाइया कुंडिया ते आपे खिचना डोर ओए साडे वाल मुखड़ा मोड़ अर्श कुर्सी ते बांगा सुनिया तख्त लाहौर ओ बुले शाह सी मरना ना ही गोर पिया कोई होर वाह 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 ए पछाण जिन्नी देर पछाण ना होवे उन्नी देर कख नहीं हैगा ते नज़म दे मैं दो चार शेर ओ दो बंद सुनाना जेड़ी के जी बिस्मिल्लाह जी उठ शाह हुसैना वेख लिया बदली बैठे भेस ये भेस भी बकायदा बदल दिता मेरे साई ने मैं क्लीन शेव सिगा वो बस वो अपनी मौज की मस्ती वो बस साई की ऐसी मेहर है बस साई की खेड है जो ये अंदर हों ना एक दिन बहर निकल आता है उत्ते हों अंदर ही है बहरों कित ना इन बहरों कित लभण जाने की लड़ है ना बहर के कोई सफर ही ने सफर अंदर दे ही ने सारे जिमें 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 अपने आप ना जिमें जिमें ठां हो जाता उवें उवें तह हो जाता उठ शाह हुसैना वेख लिया बदली बैठे भेस साडी जिंद नमाणी टूटी असा रुल गए विच परदेस साडा हर दम जी कुरलामदा साडी नीर वगावे अख असा जिउंदी जाने मर गए साडा माधो होया वख सानू सप समे दा डंगदा सानू सप समे दा डंगदा सानू पल पल चढ़दा जहर साडे अंदर वेले खौफ साडे जंगल बन गए शहर असी शौ गमां विच टुटदे साडी रुड़ गई नौ पतवार साडे बोलण ते पाबंदियां साडे सिर लटके तलवार साडे सिर लटके तलवार असी नैणा दे खूह गेड़ के कीती वत्तर दिल दी पौ असी नैणा दे खूह गेड़ के कीती वत्तर दिल दी पौ ए बंजर रही नमानड़ी कि सानू सज्जण तेरी सौ असा उत्तों शांत जाप दे साडे अंदर लगी जंग असा उत्तों शांत जाप दे साडे अंदर लगी जंग सानू चुप चुपीता वेख के पे आखण लोग मिलंग असा उत्तों शांत जाप दे साडे अंदर लगी जंग सानू चुप चुपीता वेख के पे आखण लोग मिलंग असा खुबे गम दे खोबड़े साडे लम्मे हो गए केस असा खुबे गांदे खोबड़े साडे लम्मे हो गए केस पा ताने बाने सोच दे असा बुनदे रेंदे खेस ते हुण छेती बौड़ी क्या साडी तंगी जान हुण छेती बौड़ी हुण छेती बौड़ी बुलिया साडी सूली टंगी जान तेनू वास्ता शाह नैदा ना तोड़ी साडा माण असा पैरी पाले घुंगरू साडी पावे जिंद धमाल साड़ी जान लबां ते अपड़ी हुण छेती मुख वखाल साडे सिर ते सूरज हाड़दा साडे सिर ते सूरज हाड़दा साडे अंदर सीत सियाल साडे सिर ते सूरज हाड़दा साडे अंदर सीत सियाल बन छां हुण चित्र रुख दी साडे अंदर भांबड़ बाल असां मच मचाया इश्क दा साडे मुस्या एक एक लू असा खुद नू भुले सामला असा हर दम जपया तू सानू चिंता चिखा समझी चिंता
साढ़े तिड़कन लगे हड्ड फड़ लेखा बरछी दुख दी साढ़े सीने दिती गड असा तो साढ़े लेखी लिखिया सोग साड़ी वाट लमेरी दुख दी साढ़े उम्रों लमेरो तेरे जंडे आले दी खैर आवेख सुखन दे वारसा तेरे जंडे आले दी खैर अज पुत्र बोली मां दे पे मां नाल रखण वैर रंग अज तख्त हजारे ढह गए अज उजड़िया तेरा चंग अज बेले हो गए सुंजड़े अज सुकिया वेख चना अज फिर न जुरदा रांझड़े अज खेड़े कर दे चा अज टुटी वंजली प्रीत दी अज मुके सुख दे गीत ओ बन जोगी दर दर टोलिया सानू कोई ना मिलिया मीत वाह 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 असा अखर मोती खोल दे असा अखर मोती रोल दे असा दर दर लांदे वाज कोई लबे हीर सियालड़ी जेड़ी रंगे अपना दाज साडे हाथ प्याला जहर दा सा वेले दे सुकरात खंड बनांदे खार नू साडी जग तो वखरी बात असा खंड बनांदे खार नू साडी जग तो वखरी बात ते उठ जाग फरीदा सुत्या हुण कर कोई तदबीर सानू जोबन रुते वेख के सब आखण बाबा लोग सानू जोबन जोबन रुते वेख आए सानू जोबन रुते वेख के सब आखण बाबा लोग किस खोया साडा जोबना सानू केहा लगा रोग किस खोया साडा जोबना सानू लगा रोग पीड़ा दा वंज पा लिया सानू दुखा चाड़ी पान असा पीड़ा दा वंज पा लिया सानू दुखा चाड़ी पान सानू गम पिंजा पिंज दा साडे तुंबे उड़ दे जान तुंबे उड़ दे सानू पिंजा वाह असा बीजे रुख अनार दे असा बीजे रुख अनार दे सानू लगे तुम्हें कौड़ वाह वाह साडे सिर ते रुख बलौर दे साडी धुप्पो कैरी छां साडे तंबू साडे सूरजे साडी लूसे धरती मां साडी उजड़ी हालत के साड़ी उजड़ी हालत वेख के पा रहमत दी हिक चात और साडे सिर तो अन्नी रात नू हुण कर साइयां शिवरात ते हुण आप आहू सुल्ताने आ सानू दर्दां लिया लताड़ हुण आप आहू सुल्ताने आ सानू दर्दां लिया लताड़ अज तोड़ जंजीरी दुख दी अज हूं दा नारा मार हुण आ बाहू सुल्ताने आ सानू दर्दां लिया लताड़ अज तोड़ जंजीरी दुख दी अज हूदा नारा मार सानू अल्फ बना दे प्यारे आ साडी मुक जाए बेदी लोड़ अल्फ अल्लाह वा सब गैर अल्लाह वा बगैर अल्लाह क्या है इको अल्फ तेरे दरकार सानू अल्फ बना दे प्यारे आ साडी मुक जाए बेदी लोड़ मन मुश्के बूटी इश्क दी सब निकले दिल दी कौड़ इथे तिड़दे सब ईमान ते इथे उड़दी इश्क दी धूड़ जो इश्क सलामत मंगदा फड़ उसनू लेंदे नूड़ साडा तालू जावे सुकदा साडी वधदी जावे प्यास बन बदल सामण मां दा साडी पूरी करदे आस असा अपनी कबरे आप ही ले लहू दे दीवे बाल असा बेगुरियां दे शहर विच कीता नवा कमाल वाह वाह असी बेगुरियां शहर असा बेगुरे
ਦੇ ਸ਼ਹਿਰ ਵਿੱਚ ਕੀਤਾ ਨਵਾਂ ਕਮਾਲ, ਸਾਈਂ ਦਮੜੀ ਸ਼ਾਹ ਦੇ ਆ ਪਿਆਰਿਆ, ਤੇਰਾ ਜੀਵੇ ਸੈਫ ਮਲੂਕ, ਸਾਡੇ ਦੀਦੇ ਤਰਸਣ ਦੀਦ ਨੂੰ ਸਾਡੇ ਦਿਲ ਚ ਉੱਠਦੀ ਹੂਕ, ਸਾਨੂੰ ਗੁੜਤੀ ਦੇ ਦੇ ਸੁਖਨ ਦੀ, ਸਾਡੀ ਕਰਦੇ ਸਾਫ ਜ਼ੁਬਾਨ, ਸਾਨੂੰ ਬੁੱਕਲ ਵਿੱਚ ਲਪੇਟ ਕੇ ਹੁਣ ਬਖਸ਼ੋ ਇਲਮ ਗਿਆਨ, ਅਸਾਂ ਰਾਤੀ ਉੱਠ ਉੱਠ ਪਿੱਟਦੇ ਸਾਡੇ ਪਈ ਕਾਲਜੇ ਸੋਜ, ਅਸੀਂ ਛਮ ਛਮ ਰੋਂਦੇ ਪਿਆਰਿਆ, ਸਾਨੂੰ ਹਰਦਮ ਤੇਰੀ ਖੋਜ, ਅਸੀਂ ਮੋਹਰਾ ਪੀਤਾ ਸੱਚ ਦਾ ਸਾਡੇ ਨੀਲੇ ਹੋ ਗਏ ਬੁੱਲ, ਅਸੀਂ ਸਾਡੇ ਨੀਲੇ ਹੋ ਗਏ ਬੁੱਲ, ਅਸੀਂ ਰਹਿ ਗਏ ਕੱਲ ਮੁਕੱਲੜੇ, ਸਾਡਾ ਵੈਰੀ ਹੋਇਆ ਕੁੱਲ, ਸਾਡੇ ਨੈਣੀ ਨੀਂਦਰ ਰੁੱਸ ਕੇ ਜਾ ਪਹੁੰਚੀ ਕਿਹੜੇ ਦੇਸ, ਸਾਡੇ ਨੈਣੀ ਨੀਂਦਰ ਰੁੱਸ ਕੇ ਜਾ ਪਹੁੰਚੀ ਕਿਹੜੇ ਦੇਸ, ਹਰ ਰਾਤੀ ਛਵੀਆਂ ਮਾਰਦੇ ਸਾਨੂੰ ਲੇਵ ਸਰਾਣੇ ਖੇਸ, ਵਾਹ ਵਾਹ, ਤੇ ਆ ਕੋਠ ਮਿੱਠਣ ਦੇ ਹਵਾਲੀਆ ਲੈ ਜਪਦੇ ਸਾਡੀ ਸਾਰ, ਆ ਕੋਠ ਮਿੱਠਣ ਦੇ ਹਵਾਲੀਆ ਲੈ ਜਪਦੇ ਸਾਡੀ ਸਾਰ, ਇੱਕ ਤਿੱਖੜਾ ਨੈਣ ਨੁਕੀਲੜਾ ਸਾਡੇ ਦਿਲ ਥੀ ਹੋਇਆ ਪਾਰ, ਸਾਨੂੰ ਚੜਿਆ ਤਈਆ ਹਿਜਰ ਦਾ ਸਾਡਾ ਕਰ ਲੈ ਕੋਈ ਤੋੜ, ਉਹ ਸਾਨੂੰ ਬਿਰਹਣ ਜੋਕਾਂ ਲੱਗੀਆਂ ਸਾਡਾ ਲਿੱਤਾ ਲਹੂ ਨਿਚੋੜ, ਵਾਹ 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 ਵਾਹ, ਬਹੁਤ ਸਾਨੂੰ ਬਿਰਹਣ ਜੋਕਾਂ ਲੱਗੀਆਂ ਸਾਡਾ ਲਿੱਤਾ ਲਹੂ ਨਿਚੋੜ, ਅਸਾਂ ਆਪਣੇ ਹੀ ਗਲ ਲੱਗ ਕੇ ਨਿੱਤ ਪਾਈਏ ਸੌ ਸੌ ਵੈਣ, ਸਾਡੀ ਆ ਕਿਸਮਤ ਨੂੰ ਚਿੰਬੜੀ ਇੱਕ ਭੁੱਖਾ ਮਾਰੀ ਦੇਣ, ਇਹਨੂੰ ਕਿਲੋ ਮੰਤਰ ਫੂਕ ਕੇ, ਸਾਡੀ ਆ ਕਿਸਮਤ ਨੂੰ ਚਿੰਬੜੀ ਇੱਕ ਭੁੱਖਾ ਮਾਰੀ ਦੇਣ, ਇਹਨੂੰ ਕਿਲੋ ਮੰਤਰ ਫੂਕ ਕੇ, ਇਹਨੂੰ ਕਦੋਂ ਦੇਸੋ ਦੂਰ, ਇਹ ਪਿੱਛਲ ਪੈਰੀ ਉਤਰੀ ਇੱਥੇ ਬਣ ਬਣ ਬੈਠੇ ਹੂਰ, ਅੱਜ ਪੈ ਗਿਆ ਕਾਲ ਪ੍ਰੀਤ ਦਾ ਕੀਤਾ ਜ਼ੋਰ, ਕਰ ਤੱਤਾ ਪ੍ਰੇਮ ਦਾ ਸਾਡੇ ਜੁੱਸੇ ਕਰੋ ਟਕੋਰ, ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ, ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ, ਸਾਡੇ ਚੱਲ ਚੱਲ ਹਫ ਗਏ ਸਾਹ, ਨਿਤ ਫੰਦੇ ਬੁਣ ਬੁਣ ਸੁਖਨ ਦੇ ਅਸਾਂ ਖੁਦ ਨੂੰ ਦੇਂਦੇ ਫਾਹ, ਸਾਨੂੰ ਵੇਲਾ ਪੱਛ ਲਗਾਉਣ ਦਾ ਉੱਤੇ ਘੜੀਆਂ ਪਾਵਣ ਲੂਣ, ਵਾਹ ਵਾਹ ਮਲਿਕ ਸਾਹਿਬ ਸੁਣੋ ਸੁਣੋ, ਸਾਨੂੰ ਵੇਲਾ ਪੱਛ ਲਗਾਉਂਦਾ, ਸਾਨੂੰ ਵੇਲਾ ਪੱਛ ਲਗਾਉਂਦਾ ਉੱਤੇ ਘੜੀਆਂ ਪਾਵਣ ਲੂਣ ਲੂਣ, ਸਾਨੂੰ ਵੇਲਾ ਪੱਛ ਲਗਾਉਂਦਾ ਉੱਤੇ ਘੜੀਆਂ ਪਾਵਣ ਪਾਵਣ ਲੂਣ, ਦਿਨ ਰਾਤਾਂ ਮੱਛ ਮਰੀਲੜੇ ਸਾਨੂੰ ਗਮ ਦੀ ਦਲਦਲ ਧੂਣ, ਸਾਨੂੰ ਵਾਹ ਅਸ਼ੋਕ ਬਾਈ, ਤੁਸੀਂ ਕੋਈ ਗੱਲ ਕਰੋ, ਜਿੰਦੇ ਬਾਬਾ ਜੀ ਦਾ ਰਾਬਤਾ ਡਾਊਨ ਹੁੰਦਾ ਹੈ, ਬਾਬਾ ਜੀ ਦਾ ਰਾਬਤਾ ਡਾਊਨ ਹੋ ਰਿਹਾ ਹੈ, ਮੈਂ ਗੱਲ ਮੇਰੇ ਸਵਾਲ ਦੋ ਦਿਮਾਗ ਦੇ ਵਿੱਚ ਆਏ ਸੀ, ਔਰ ਇੱਕ ਸਵਾਲ ਤਾਂ ਮੇਰਾ ਆਪਣੇ ਆਪ ਨਾਲ ਹੀ ਹੈ, ਮੇਰੇ ਆਵਾਮ ਨਾਲ ਮੇਰਾ ਸਵਾਲ ਹੈ, ਜਦੋਂ ਬਾਬਾ ਜੀ ਦੀ ਪੋਇਟਰੀ ਸੁਣਦੇ ਹਾਂ, ਬਾਬਾ ਜੀ ਦੀਆਂ ਗੱਲਾਂ ਬਾਤਾਂ ਸੁਣੀਆਂ ਆਪਾਂ, ਬਾਬਾ ਜੀ ਨੇ ਵਿੱਚ ਗੱਲ ਕੀਤੀ ਹੈ ਵੀ ਮੇਰੇ ਵਰਗੇ ਸੜਕ ਕਿਨਾਰੇ ਮਜ਼ਦੂਰੀ ਕਰਦੇ ਆ, ਜਿਨ੍ਹਾਂ ਬਾਬਾ ਜੀ ਕੋਲੇ ਅਥਾਹ ਭੰਡਾਰ ਹੈ ਪੰਜਾਬੀ ਜ਼ੁਬਾਨ ਦਾ, ਤੇ ਮੇਰੇ ਦਿਮਾਗ ਦੇ ਵਿੱਚ ਇੱਕ ਸਵਾਲ ਆਇਆ ਕਿ ਸਾਡੇ ਆ ਯੂਨੀਵਰਸਿਟੀਆਂ ਦੇ ਵਿੱਚ ਸਾਡੀ ਪੰਜਾਬੀ ਮਾਂ ਬੋਲੀ ਦਾ ਹੋਕਾ ਦੇਣ ਵਾਲੇ ਲੋਕ ਕੀ ਕਰ ਰਹੇ ਹੈ, ਜਦੋਂ ਏਦਾਂ ਦੇ ਲੋਕ ਮਜ਼ਦੂਰੀ ਕਰ ਰਹੇ ਹੈ, ਬਾਬਾ ਕਾਦਰੀ ਉੱਥੇ ਬੈਠਾ ਸੜਕ ਦੇ ਕਿਨਾਰੇ ਉੱਤੇ ਬੈਠਾ ਮਜ਼ਦੂਰੀ ਕਰ ਰਿਹਾ ਹੈ, ਤੇ ਗੁਰਦਾਸ ਰਾਮ ਆਲਮ ਇੱਧਰ ਇੱਟਾਂ ਦੇ ਭੱਠੇ ਤੇ ਮਜ਼ਦੂਰੀ ਕਰਕੇ ਮਰ ਜਾਂਦਾ ਹੈ, ਤਾਂ ਸਾਡੇ ਯੂਨੀਵਰਸਿਟੀਆਂ ਦੇ ਵਿੱਚ ਪੰਜਾਬੀ ਬੋਲੀ ਦੀ ਸੇਵਾ ਕਰਨ ਵਾਲੇ ਲੋਕ ਕਰ ਕੀ ਰਹੇ, ਜਿਹੜੀ ਬਾਬਾ ਜੀ ਦੀ ਸੋਚ ਹੈ ਜਿੱਦਾਂ ਬਾਬਾ ਜੀ ਨੇ ਗੱਲ ਕੀਤੀ, ਤਾਂ ਸਾਡੇ ਸਮਾਜਿਕ ਕਾਰਕੁਨ ਕਿੱਥੇ, ਇਹ ਸਾਨੂੰ ਸੋਚਣਾ ਪਏਗਾ, ਦੋਵਾਂ ਧਿਰਾਂ ਨੂੰ ਸੋਚਣਾ ਪਵੇਗਾ, ਦੋਨੇ ਪਾਸੇ ਸੋਚਣਾ ਪਵੇਗਾ, ਜਿਸ ਬੰਦੇ ਕੋਲੇ ਐਡੇ ਵੱਡੇ ਬੋਲੀ ਦੇ ਸ਼ਬਦ ਨੇ ਅਥਾਹ ਭੰਡਾਰ ਹੈ ਉਹ ਮਜ਼ਦੂਰੀ ਕਰਨਾ, ਬੜੀ ਸੋਹਣੀ ਤੁਸੀਂ ਗੱਲ ਕੀਤੀ ਸਰਕਾਰ, ਕਿ ਜਿਹੜੀ ਇਹ ਇਹ ਸੋਚਣ ਦਾ ਵਕਤ ਹੈ ਸਾਡੇ ਲਈ ਨਾ, ਸੋਚਣਾ ਚਾਹੀਦਾ।
ਬਹੁਤ ਵੱਡੀ ਸੋਚ ਵਾਲੀ ਗੱਲ ਹੈ। ਬਾਬਾ ਜੀ ਮੈਨੂੰ ਲੱਗਦਾ ਬਾਬਾ ਜੀ ਨੈਟਵਰਕ ਤੋਂ ਬਾਹਰ ਹੋ ਗਏ ਕਿਤੇ। ਹਾਂਜੀ ਉਹ ਆ ਜਾਂਦੇ ਨੇ ਵਾਪਸ, ਉਹਨਾਂ ਦਾ ਨੈਟ ਕੋਈ ਉਹਨਾਂ ਦਾ ਨਹੀਂ ਸੀ, ਇੰਟਰਨੈਟ ਇਤਨਾ ਸਟਰੋਂਗ ਨਹੀਂ ਸੀ ਹੋਇਆ। ਤੇ ਚਲੋ ਵੀਰ ਤੁਸੀਂ ਕੋਈ ਸੁਣਨ ਵਾਲਾ ਕੋਈ ਗੀਤ ਬਾਰੇ ਤੁਸੀਂ ਗੱਲ ਸਾਂਝੀ ਕਰੋ। ਨਹੀਂ ਗੀਤ ਨਹੀਂ, ਆਪਾਂ ਬੈਠੇ ਆ ਜਿੱਦਾਂ ਵਿਚਾਲੇ ਇੱਕ ਲੀਕ ਜੀ ਆ ਰਹੀ ਹੈ, ਉਹ ਤਾਂ ਮੈਂ ਇੱਕ ਛੋਟੀ ਜਿਹੀ ਗੱਲ ਕਰਨੀ ਹੈ ਕਿ ਆਪਾਂ ਦੋ ਭਰਾ ਬੈਠੇ ਹਾਂ ਅੱਜ, ਉਹ ਦੋ ਲਾਈਨਾਂ ਸੀ ਕਿ ਇੱਕ ਦਿਨ ਮੇਰੀ ਅੰਬੋ ਨੇ ਸੀ ਦੱਸੀ ਇੱਕ ਕਹਾਣੀ, ਕਹਾਣੀ ਦੱਸਦੇ ਦੱਸਦੇ ਉਹਦੇ ਨੈਣੋਂ ਵਹਿ ਪਿਆ ਪਾਣੀ, ਕਾਹਦੀ ਮਿਲੀ ਆਜ਼ਾਦੀ ਚੰਦਰੀ ਫੁੱਟ ਗਈਆਂ ਤਕਦੀਰਾਂ, ਜਾਂਦਾ ਜਾਂਦਾ ਖਿੱਚ ਗਿਆ ਗੋਰਾ ਨਕਸ਼ੇ ਵਿੱਚ ਲਕੀਰਾਂ। ਉਹ ਗੋਰਾ ਤਾਂ ਨਕਸ਼ੇ 'ਚ ਲਕੀਰਾਂ ਖਿੱਚ ਗਿਆ, ਪਰ ਉਹ ਲਕੀਰ 'ਚ ਇੰਨੀ ਹਿੰਮਤ ਨਹੀਂ ਹੈ ਕਿ ਬਾਬਾ ਬਾਬੇ ਦੇ ਬੋਲਾਂ ਨੂੰ ਵੀਜ਼ਾ ਲੈ ਕੇ ਮੇਰੇ ਕੋਲੇ ਆਉਣਾ ਪਵੇ। ਸਾਡੇ ਇੱਧਰਲੇ ਸ਼ਾਇਰਾਂ ਦੇ ਬੋਲਾਂ ਨੂੰ ਵੀਜ਼ਾ ਲੈ ਕੇ ਲਾਹੌਰ ਜਾਣਾ ਪਵੇ, ਉਸ ਲੀਕ ਕੋਲੇ ਇੰਨੀ ਹਿੰਮਤ ਨਹੀਂ ਹੈ। ਇਹ ਸਾਡੇ ਵਰਗੇ ਲੋਕਾਂ ਦਾ ਹੀ ਕੰਮ ਹੈ ਕਿ ਅਸੀਂ ਅੱਗੇ ਵਧੀਏ। ਬਹੁਤ ਸੋਹਣੀ ਗੱਲ ਤੁਸੀਂ ਕੀਤੀ ਅਸ਼ੋਕ ਵੀਰ ਜੀ। ਮੈਂ ਚਾਹਾਂਗਾ ਜਿੰਨੀ ਦੇਰ ਬਾਬਾ ਜੀ ਦਾ ਰਾਬਤਾ ਬਹਾਲ ਹੁੰਦਾ ਹੈ, ਸੁਲਤਾਨਾ ਬੇਗਮ ਸਾਡੇ ਕਹਿ ਰਹੇ ਨੇ ਕਿ ਅਸ਼ੋਕ ਜੀ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ, ਔਰ ਅਸ਼ਰਫ ਸੈਫੀ ਹਰੀ ਅਸੀਂ ਅੱਜ ਆਪਣੇ ਸੁਣਨ ਵਾਲੇ ਕੋਲੋਂ ਇਸ ਤੋਂ ਮਾਫੀ ਚਾਹਾਂਗੇ ਕਿ ਗੱਲ ਬੜੀ ਅਹਿਮ ਹੋ ਰਹੀ ਜ਼ਰੂਰੀ, ਅਤੇ ਤੁਹਾਡੇ ਸਵਾਲ ਅਸੀਂ ਦੇ ਕਮੈਂਟਸ ਨੇ ਉਹ ਬਾਅਦ 'ਚੋਂ ਅਸੀਂ ਦੋਸਤ ਦੇ ਜਵਾਬ ਜ਼ਰੂਰ ਦੇਣਗੇ। ਬਾਬਾ ਜੀ ਨੂੰ ਸੁਣਦੇ ਹਾਂ, ਤੁਸੀਂ ਵੀ ਚਾਹੁੰਦੇ ਬਾਬਾ ਜੀ ਸੁਣੀਏ, ਅਸੀਂ ਵੀ ਚਾਹੁੰਦੇ ਹਾਂ ਅਤੇ ਤੁਹਾਡੇ ਕਮੈਂਟ ਜੀ। ਆਪਾਂ ਗੱਲਾਂ ਕਾਫੀ ਕਰ ਲਈਆਂ, ਕਿਉਂਕਿ ਇੱਕ ਨਾ ਪ੍ਰੋਬਲਮ ਹੈ, ਜਿਹੜੇ ਸਾਡੇ ਵੱਲ ਦੇ ਇੱਧਰ ਦੇ ਸ਼ਾਇਰ ਹੈ ਉਹਨਾਂ ਨੂੰ ਉੱਧਰ ਘੱਟ ਪਤਾ ਲੱਗਦਾ, ਇੱਦਾਂ ਹੀ ਸਾਡਾ ਹਾਲ ਹੈ। ਬਾਬਾ ਜੀ ਇੱਕ ਸਾਈਂ ਜੀ ਦੀ ਗੱਲ ਕਰ ਰਹੇ ਆ, ਮੈਨੂੰ ਉਹ ਥੋੜਾ ਜਿਹਾ ਮੈਂ ਕਲੀਅਰ ਕਰਨਾ ਚਾਹੁੰਦਾ। ਬਾਬਾ ਜੀ ਸਾਈਂ ਜੀ ਬਾਰੇ ਜ਼ਰੂਰ ਦੱਸੋ। ਅੱਛਾ ਕਿਹੜੇ ਸਾਈਂ ਦੀ ਗੱਲ ਕਰ ਰਹੇ ਨੇ? ਹਾਂ ਜਿਹਨਾਂ ਨੂੰ ਬਾਬਾ ਜੀ ਸਾਈਂ। ਮੈਂ ਜ਼ਰੂਰ ਦੱਸਣਾ, ਮੈਂ ਬਿਸਮਿਲਾ, ਮੈਂ ਸਤ ਬਿਸਮਿਲਾ, ਮੈਂ ਸਿਰ ਦੇ ਬਲ ਉਹਨਾਂ ਦੀ ਗੱਲ ਕਰਾਂ, ਮੈਂ ਉਹਨਾਂ ਦੀ ਜੁੱਤੀਆਂ ਆਪਣੇ ਸਿਰ ਤੇ ਰੱਖ ਕੇ ਗੱਲ ਕਰਾਂ। ਉਹ ਮੇਰੇ ਵਾਲਦ ਸਾਹਿਬ ਨੇ ਤੇ ਮੇਰੇ ਮੁਰਸ਼ਿਦ ਪਾਕ ਵੀ ਨੇ, ਇੱਥੇ ਉਹਨਾਂ ਦੇ ਦਰਬਾਰ ਤੇ ਮੈਂ ਡਿਊਟੀ ਕਰਦਾ। ਮੈਂ ਸੁਲਤਾਨ ਸਾਹਿਬ ਦੀ ਗੱਲ ਮੰਨੀ ਸੀ ਕਿ ਮੀਆਂ ਬਾਹੂ ਕੀ ਜਾਣਾ ਮੱਕੇ ਜਦੋਂ ਹੱਜ ਹੋਵੇ ਵਿੱਚ ਘਰ ਦੇ ਹੂ। ਮੇਰਾ ਵਾਲਦ ਮੇਰੇ ਮੁਰਸ਼ਿਦ ਪਾਕ ਨੇ, ਮੇਰੇ ਸਾਈਂ ਜੀ ਨੇ, ਹਜ਼ੂਰ ਬਾਬਾ ਜੀ ਸੂਫੀ ਰਹਿਮਤ ਅਲੀ ਸਰਕਾਰ ਇੱਥੇ ਸਮੁੰਦਰੀ 'ਚ ਆਪਦਾ ਨਾ ਵੱਡੇ ਕਬਰਸਤਾਨ 'ਚ ਦਰਬਾਰ ਸ਼ਰੀਫ ਹੈ, ਉਹ ਮੇਰੇ ਮੁਰਸ਼ਿਦ ਪਾਕ ਨੇ, ਮੇਰੇ ਹਾਦੀ ਪਾਕ ਨੇ, ਮੇਰੇ ਵਾਲਦ ਸਾਹਿਬ ਵੀ ਨੇ ਜਿਹੜੇ ਨੇ। ਤਰਬੀਅਤ ਕਰਨੀ ਇਹ ਸਾਰਾ ਕੁਛ ਉਹਨਾਂ ਦੇ ਸਿਰ ਸਿਹਰਾ ਜਾਂਦਾ ਵਾ, ਇਹ ਮੇਰੇ ਸਾਈਂ ਪਾਕ ਦੇ, ਤੇ ਉਹ ਮੇਰੇ ਸਾਈਂ ਜੀ, ਮੇਰੇ ਬਾਬਾ ਜੀ, ਮੇਰੇ ਮੁਰਸ਼ਿਦ ਪਾਕ, ਮੇਰੇ ਵਾਲਦ ਸਾਹਿਬ ਹਜ਼ੂਰ ਬਾਬਾ ਜੀ ਸੂਫੀ ਰਹਿਮਤ ਅਲੀ ਸਰਕਾਰ ਕਾਦਰੀ ਨੇ। ਛੋਟੇ ਬਾਬਾ ਜੀ ਕਹਿਣਾ ਕਿ ਉਹ ਛੋਟੇ ਬਾਬਾ ਜੀ ਅੱਜ ਕਿੱਥੇ ਨੇ, ਤੇ ਉਹਨਾਂ ਨੇ ਕਹਿਣਾ ਕਿ ਯਾਰ ਇੱਥੇ ਕਿਤੇ ਫਿਰਦਾ ਹੋਣਾ ਵਾ, ਤੇ ਫਿਰ ਉਹ ਮੈਨੂੰ ਬੁਲਾ ਲੈਣਾ ਤੇ ਉਹਨਾਂ ਨੇ ਮੈਨੂੰ ਕਹਿਣਾ ਕਿ ਯਾਰ ਕੁਛ ਸੁਣਾ। ਉਦੋਂ ਮੈਨੂੰ ਉਹ ਨਾ ਛੋਟੇ ਬਾਬਾ ਜੀ ਕਹਿੰਦੇ ਸੀ, ਉਹ ਬਾਬਾ ਜੀ ਦਾ ਕਰਕੇ ਫਿਰ ਮੈਨੂੰ ਨਾ ਉਹ ਲੋਕ ਜਦੋਂ ਮੇਰੇ 'ਚ ਇੱਕ ਚੇਂਜ ਆ ਗਈ, ਉਹ ਸਾਈਂ ਨੂੰ ਜਿਸ ਤਰ੍ਹਾਂ ਮਨਜ਼ੂਰ ਹੋਇਆ ਕਿ ਜਦੋਂ ਉਹ ਆਪ ਜੀ ਨੇ ਨਾਲ ਮੈਂ ਯਾਨੀ ਕਲੋਜ਼ ਹੋਇਆ, ਜਦੋਂ ਮੈਨੂੰ ਉਸ ਗੱਲ ਦਾ ਪਤਾ ਲੱਗਾ, ਪਹਿਲਾਂ ਤਾਂ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਕਿ ਬਾਬਾ ਜੀ ਕੋਲ ਲੋਕ ਯਾਰ ਦੂਰੋਂ ਦੂਰੋਂ ਆਣ ਕੇ ਬੈਠਦੇ ਨੇ, ਤੇ ਮੈਂ ਸਮਝਦਾ ਹੁੰਦਾ ਸੀ ਕਿ ਬਾਬੇ ਤੇ ਉਹੀ ਹੁੰਦੇ ਨੇ ਕਿ ਨਾਲ 500-700 ਬੰਦਾ ਪੈਰੀ ਪੈਣ ਵਾਲਾ ਹੋਵੇ, ਹੱਥ ਚੁੰਮਣ ਵਾਲਾ ਹੋਵੇ, ਕਾਰਾਂ ਹੋਣ, ਉਹ ਮੈਂ ਇਹ ਸਮਝਦਾ ਹੁੰਦਾ ਸੀ ਉਹ। ਲੇਕਿਨ ਫਿਰ ਆਪ ਨੇ ਇੱਕ ਦਫ਼ਾ ਐਸਾ ਇੱਕ ਵਾਕਿਆ ਮੇਰੇ ਨਾਲ ਕੀਤਾ, ਜਿਸ ਵਜ੍ਹਾ ਦੇ ਨਾਲ ਨਾ ਮੈਨੂੰ ਪਤਾ ਲੱਗ ਗਿਆ ਕਿ ਉਹ ਫੋ ਬਾਬਾ ਤੇ ਤਾਦੇ ਹੁੰਦਾ ਹੈ ਬੇਨਿਆਜ਼ ਹੋਵੇ, ਜੇ ਨਿਆਜ਼ ਮੰਨਦੀ ਰਿਹਾ ਹੈ ਤੇ ਫਿਰ ਬਾਬਾ ਕਿੱਥੋਂ ਹੋ ਗਿਆ। ਉਹ ਵਾਕਿਆ ਉਹ ਦਰਅਸਲ ਬਹੁਤ ਸਾਰੇ ਯਾਨੀ ਕਿ ਗੱਲਾਂ ਹੁੰਦੀਆਂ ਨੇ ਸਾਈਂ ਜੀ ਕਿ ਜਿਹੜੀਆਂ ਨਾ ਉਹ ਸਾਈਂ ਦੇ ਨਾਲ ਕੁਝ ਵਾਅਦੇ ਹੁੰਦੇ ਨੇ ਕਿ ਉਹ ਜਿੰਨੀ ਦੇਰ ਤੱਕ ਇਹਦਾ ਸਾਹ ਚੱਲਦਾ ਹੈ ਨਾ ਉਹਨੇ ਉਹ ਬੰਦ ਹੀ ਰਹਿਣਾ ਹੁੰਦਾ ਵਾ। ਲੇਕਿਨ ਜਦੋਂ ਜਦੋਂ ਇਹ ਕੰਧ ਢਹਿ ਜਾਂਦੀ ਹੈ ਨਾ ਜਿਹੜੀ ਆ ਵਿੱਚ ਵਾ, ਜਿਸ ਕੰਧ ਦੇ ਢਹਿਣ ਦੇ ਮੈਂ ਇੰਤਜ਼ਾਰ 'ਚ ਆ, ਇੱਕ ਕੰਧ ਆ, ਇਹਨੂੰ ਆਪ ਨਹੀਂ ਢਾ ਸਕਦਾ ਇਹ, ਕਿਉਂਕਿ ਆਪ ਢਾਏਗਾ ਤੇ ਉਹਨੇ ਕਿਹਾ ਕਿ ਨਾ 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 ਇਹਦੇ ਨਾਲ ਤੇ ਮੈਂ ਵਾਅਦਾ ਕਰਕੇ ਤੇਰੇ 'ਚ ਵਾੜਿਆ ਸੀ, ਇਹ ਰੂਹ ਕਿੱਥੇ ਇਹਦੇ 'ਚ ਵੜਦੀ ਸੀ। ਉਹਨੇ ਇਹਨੂੰ ਵਾਅਦਾ ਕੀਤਾ ਸੀ ਕਿ ਇੱਕ ਵਕਵੇਲਾ ਆਏਗਾ ਤੈਨੂੰ ਮੈਂ ਆਪਣੇ ਕੋਲ ਵਾਪਸ ਬੁਲਾਊਂਗਾ, ਤੇ ਜਿਹਨੂੰ ਜਿਹਨੂੰ ਪਛਾਣ ਹੋ ਗਈ ਉਹ ਜਦੋਂ ਵਾਪਸ ਗਿਆ ਤੇ ਉਹਨੇ ਖੁਸ਼ ਹੋਣਾ ਵਾ, ਜਿਹਦੀ ਪਛਾਣ ਨਾ ਹੋਈ ਉਹਨੇ ਵਾਹ ਵੇਲਾ ਕਰਨਾ, ਓਏ ਮੈਂ ਲੁੱਟਿਆ ਗਿਆ, ਮੇਰਾ ਸਭ ਕੁਝ ਇੱਥੇ ਰਹਿ ਜਾਣਾ, ਇਹ ਹੋ ਜਾਣਾ, ਉਹ ਹੋ ਜਾਣਾ, ਇਹਦਾ ਹੈ ਕੀ ਹੈ ਜਿਹੜਾ ਰਹਿ ਜਾਣਾ,
ਇਹਦਾ ਤੇ ਆਪਣਾ ਆਪ ਜਿਹੜਾ ਵਾ ਉਹਨੂੰ ਪਛਾਣਨਾ ਹੀ, ਇਹਦਾ ਆਪਣਾ ਆਪਣੇ ਅਸਲ ਵੱਲ ਲੌਟਣਾ, ਜਿਹੜਾ ਆਪਣੇ ਅਸਲ ਵੱਲ ਲੌਟਣਾ ਵਾ ਉਹ ਆਪਣੀ ਪਛਾਣ ਕਰਨਾ ਹੈ ਨਾ। ਜਦੋਂ ਆਪਣੀ ਪਛਾਣ ਹੋਈ, ਜਿਵੇਂ ਕੋਈ ਨਜ਼ਮ ਚ ਮੈਂ ਕਿਹਾ ਨਾ ਕਿ ਹਿੰਦੂ ਮੁਸਲਮਾਨ ਸਿੱਖ ਤੇ ਈਸਾਈ ਤੈਨੂੰ ਪਿਆਰੇ ਨੇ, ਉਹ ਮੇਰੇ ਤੇ ਖੁੱਲ ਗਿਆ ਸਾਈਆਂ ਇਹ ਬੰਦੇ ਤੇਰੇ ਸਾਰੇ ਨੇ, ਇਹ ਵੀ ਉਸ ਇੱਕ ਰਾਜ ਦੀ ਲੜੀ ਹੈ ਜਦੋਂ ਉਹਦੇ ਤੇ ਖੁੱਲ ਹੈ। ਹਾਂ ਜੀ ਬਿਸਮਿਲ੍ਲਾ। ਤੇ ਉਹ ਇੱਥੇ ਉਹ ਲਾਈਟ ਦੀ ਕੋਈ ਪ੍ਰੋਬਲਮ ਬਣ ਗਈ ਸੀ, ਇਸ ਕਰਕੇ ਫਿਰ ਉਹ ਤੁਹਾਡੇ ਬਾਅਦ ਬੜੀ ਸੋਹਣੀ ਗੱਲ ਇੱਕ ਅਸ਼ੋਕ ਭਾਈ ਨੇ ਕੀਤੀ ਕਿ ਜਿੱਡੇ ਸੋਹਣੇ ਸ਼ਬਦ ਨੇ ਤਾਂ ਕੀਤੇ ਨੇ ਬਾਬਾ ਜੀ ਨੂੰ, ਏਡੇ ਸੋਹਣੇ ਖਿਆਲਾਂ ਤੇ ਵਿਚਾਰਾਂ ਵਾਲੇ ਅੱਖਰਾਂ ਵਾਲੇ ਬੰਦੇ ਅਗਰ ਸੜਕਾਂ ਤੇ ਮਜ਼ਦੂਰੀ ਕਰ ਰਹੇ ਨੇ ਤੇ ਯੂਨੀਵਰਸਿਟੀਆਂ ਕੀ ਕਰ ਰਹੀਆਂ ਨੇ। ਇੱਕ ਸਵਾਲ ਉਹਨਾਂ ਨੇ ਦੋਵਾਂ ਪੰਜਾਬਾਂ ਲਈ ਇੱਕ ਪੈਦਾ ਕਰਤਾ, ਔਰ ਬੜਾ ਸੋਹਣਾ ਹੋਇਆ ਹੈ ਕਿਉਂਕਿ ਜੋ ਹੁੰਦਾ ਹੈ ਉਹ ਚੰਗੇ ਲਈ ਹੁੰਦਾ ਹੈ। ਤੇ ਅਸੀਂ ਬਾਬਾ ਜੀ ਸਮਝਦੇ ਤੁਸੀਂ ਜਿਹੜਾ ਭੇਤ ਸੰਦੂਕ ਤੁਸਾਂ ਵੀ ਵਾਰਸ਼ਾਂ ਅਗਰ ਬੰਦ ਹੀ ਰੱਖਿਆ ਤੇ ਕੋਈ ਗੱਲ ਨਹੀਂ, ਕੁਝ ਭੇਤ ਬੰਦ ਰਹਿਣੇ ਚਾਹੀਦੇ ਨੇ ਤੇ ਜਿਹੜਾ ਤੁਸੀਂ ਇੱਕ ਜਗ੍ਹਾ। ਹਾਂ ਹਾਂ ਮੈਂ ਅਰਜ਼ ਕਰਦਾ ਕਿ ਇਹ ਜਿੰਨੀਆਂ ਵੀ ਮੇਰੀਆਂ ਕਵਿਤਾਵਾਂ ਨੇ ਨਾ, ਜਿਵੇਂ ਇਹ ਸਾਰੇ ਭੇਤ ਹੀ ਖੋਲੇ ਨੇ। ਜਿਵੇਂ ਇੱਕ ਛੋਟੀ ਜੀ ਹੈ, ਜਿੰਦ ਆਪਣੀ ਨੂੰ ਸਰੋਂ ਬਣਾਇਆ, ਜਿੰਦ ਆਪਣੀ ਸਰੋਂ ਬਣਾਇਆ, ਜੁੱਸਾ ਕੀਤਾ ਕੋਲੂ, ਜਿੰਦ ਆਪਣੀ ਨੂੰ ਸਰੋਂ ਬਣਾਇਆ, ਜੁੱਸਾ ਕੀਤਾ ਕੋਲੂ, ਹਾਵਾਂ ਦੇ ਨਾਲ ਪੀੜ ਪੀੜ ਕੇ ਰੂਹ ਦਾ ਕੱਢਿਆ ਤੇਲ, ਇੰਨਾ ਕੁ ਬਸ ਕੰਮ ਕੀਤਾ ਤੇ ਹੋ ਗਿਆ ਉਹਦਾ ਮੇਲ। ਹੁਣ ਜਿਹੜਾ ਇਹ ਇੰਨਾ ਕੀ ਹੈ ਨਾ, ਇਹ ਹੀ ਔਖਾ ਹੈ ਨਵਾਬ ਸਮਝਣ ਵਾਲਾ, ਕਿਸੇ ਭੱਠੇ ਮਜ਼ਦੂਰ ਦੇ, ਕਿਸੇ ਮੋਚੀ ਦੇ, ਕਿਸੇ ਜੁਲਾਏ ਦੇ, ਕਿਸੇ ਤਰਖਾਣ ਦੇ, ਕਿਸੇ ਕਿਸਾਨ ਦੇ ਪੈਰਾਂ ਨੂੰ ਹੱਥ ਲਾ ਕੇ ਸਲਾਮ ਕਰ ਦੇਗਾ ਤੇ ਉਸੇ ਟਾਈਮ ਵਲੀ ਹੋ ਜਾਂਦਾ, ਮੰਜ਼ਲਾਂ ਪਹਿੰਜ ਹੋ ਜਾਂਦੀਆਂ। ਉਹ ਇੱਕ ਸਜਦਾ ਵਾ ਜਿਹੜਾ ਗਿਰਾਂ ਵਾ, ਜਿਹੜਾ ਇਹਦੀ ਮੈਂ ਦਾ ਸਜਦਾ, ਉਹ ਇੱਕ ਸਜਦਾ ਜਿਹੜਾ ਗੁਰਾਂ ਸਮਝਦਾ ਹੈ, ਹਜ਼ਾਰ ਸਜਦਾ ਤੂੰ ਇਹਨੂੰ ਜਾਨ ਛੁਡਾ ਦਿੰਦਾ। ਉਹੀ ਹੈ ਕਿ ਆਪਣੀ ਮੈਂ ਨੂੰ ਸਰੈਂਡਰ ਕਰਕੇ ਜਦੋਂ ਇਹਨੂੰ ਸਮਝ ਲੈਂਦਾ, ਇਹ ਕੀ ਹੈ ਕਿ ਮੈਂ ਬਣਾ ਚੌਧਰੀ ਤੇ ਦੂਜੇ ਨੂੰ ਸਮਝਿਆ ਕਮੀ, ਇਹ ਨੀ ਸ਼ਿਰਕ ਇਹਦੇ ਵਿੱਚ, ਉਹਦੇ ਚ ਕੋਈ ਹੋਰ ਹੈ ਤੇ ਮੇਰੇ ਚ ਕੋਈ ਹੋਰ ਹੈ, ਦੋ ਤੇ ਫਿਰ ਕਰ ਲਿਆ ਤੇ ਦੋ ਤੇ ਉਹ ਹੈ ਨਹੀਂ। ਇਸ ਕਰਕੇ ਇਹਦੇ ਨਾਲ ਕੋਈ ਤਲਕ ਨੀ ਇਹਦਾ ਕਿ ਜੇ ਯੂਨੀਵਰਸਿਟੀਆਂ ਕੀ ਕਰ ਰਹੀਆਂ ਜਾਂ ਫੁੱਟਪਾਥ ਵਾਲਾ ਕੀ ਕਰ ਰਿਹਾ। ਕਿਸੇ ਟਾਈਮ ਉਹ ਵੀ ਏਦਾਂ ਹੁੰਦਾ ਵਾ ਫੁੱਟਪਾਥ ਵਾਲਾ ਵੀ ਬੇਈਮਾਨੀ ਕਰ ਲੈਂਦਾ ਤੇ ਯੂਨੀਵਰਸਿਟੀ ਚ ਬੈਠਾ ਹੋਇਆ ਵੀ ਬਲੀ ਹੋ ਸਕਦਾ। ਕਿਸੇ ਟਾਈਮ ਸਦਾਰਤ ਦੀ ਕੁਰਸੀ ਤੇ ਬੈਠਾ ਹੋਇਆ ਵੀ ਜਿਹੜਾ ਆਪਣੀ ਪਛਾਣ ਵਾਲਾ ਹੁੰਦਾ ਵਾ, ਤੇ ਕਿਸੇ ਟਾਈਮ ਇਹ ਹੁੰਦਾ। ਲੇਕਿਨ ਉਹਦੇ ਵਿੱਚ ਇਹ ਹੁੰਦਾ ਕਿ ਇਹਨੂੰ ਜਾਣਨਾ, ਜਾਣਨ ਵਾਲਿਆਂ ਦੇ ਨਾਲ ਰਲਣ ਦਾ ਹੁਕਮ ਹੈ ਕਿ ਜਿਹੜੇ ਜਾਣਦੇ ਨੇ ਨਾ ਯਾਰ ਉਹਨਾਂ ਦੇ ਨਾਲ ਮਿਲੋ। ਕੁਛ ਲੋਕ ਨੇ ਨਾ ਉਹ ਮੌਲਾ ਦਾ ਫਰਮਾਨ ਹੈ ਜਾਂ ਉਹ ਹੋਰ ਵੀ ਬਹੁਤ ਸਾਰੇ ਜਿਹੜੇ ਵੱਡੇ ਲੋਕ ਨੇ ਉਹਨਾਂ ਨੇ ਤਾਤੀ ਤੇ ਖੋਲੇ ਹੋਏ ਨੇ, ਤੇ ਕੁਛ ਲੋਕ ਹੁੰਦੇ ਨੇ ਜਿਹੜੇ ਨਹੀਂ ਜਾਣਦੇ ਹੁੰਦੇ ਤੇ ਕਹਿੰਦੇ ਅਸੀਂ ਜਾਣਦੇ ਹਾਂ, ਉਹਨਾਂ ਕੋਲ ਬਚਣਾ ਚਾਹੀਦਾ। ਨਹੀਂ ਜਾਣਦੇ ਤੇ ਕਹਿੰਦੇ ਅਸੀਂ ਜਾਣਦੇ ਹਾਂ, ਬਚਣਾ ਚਾਹੀਦਾ। ਤੇ ਜਿਹੜੇ ਲੋਕ ਜਾਣਦੇ ਹੁੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਨਹੀਂ ਜਾਣਦੇ, ਜਿਹੜੇ ਜਾਣਦੇ ਹੁੰਦੇ ਲੇਕਿਨ ਉਹਨਾਂ ਨੂੰ ਇਸ ਗੱਲ ਦਾ ਨੀ ਪਤਾ ਹੁੰਦਾ ਕਿ ਅਸੀਂ ਜਾਣਦੇ ਹਾਂ। ਇੱਕ ਤੇ ਜਾਣਦਾ ਹੀ ਨਹੀਂ ਤੇ ਉਹ ਕਹਿਣ ਦਿਆ ਮੈਂ ਜਾਣਦਾ ਵਾਂ, ਉਹਦੇ ਕੋਲ ਬਚੋ। ਇੱਕ ਜਾਣਦਾ ਵਾ ਲੇਕਿਨ ਉਹਨੂੰ ਇਹ ਨੀ ਪਤਾ ਕਿ ਮੈਂ ਜਾਣਦਾ ਵਾਂ, ਉਹਨੂੰ ਮੁਹੱਬਤ ਦੀ ਲੋੜ ਆ। ਜਦੋਂ ਉਹਨੂੰ ਮੁਹੱਬਤ ਮਿਲੇਗੀ ਤੇ ਉਹ ਵਾਕੇ ਜਾਣਗੇ। ਇਹ ਕੌਣ ਹੈ ਕਿ ਜਿਹੜੇ ਜਾਣਦੇ ਆ ਤੇ ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਵਾ ਕਿ ਅਸੀਂ ਜਾਣਦੇ ਹਾਂ, ਫਿਰ ਉਹਨਾਂ ਦੇ ਨਾਲ ਰਲ ਕੇ ਉਸ ਪੰਥ ਦੀ ਪੈਰਵੀ ਕਰੋ, ਉਹਨੂੰ ਅੱਗੇ ਵਧਾਓ, ਉਹਦੀ ਗੱਲ ਨੂੰ ਅੱਗੇ ਪਹੁੰਚਾਓ, ਕਿਉਂਕਿ ਉਹ ਜਾਣਦਾ ਵੀ ਆ ਤੇ ਇਸ ਗੱਲ ਦਾ ਵੀ ਉਹਨੂੰ ਪਤਾ ਵਾ ਕਿ ਮੈਂ ਜਾਣਦਾ ਵਾਂ, ਲੇਕਿਨ ਉਹਦੀ ਸੁਣੀ ਨੀ ਜਾ ਰਹੀ। ਉਹ ਇੱਥੇ ਜਿਹੜਾ ਕੁਛ ਉਲਟ ਹੋ ਜਾਂਦਾ ਵਾ ਕਿਉਂਕਿ ਉਹ ਥੋੜਾ ਜਿਹਾ ਮਸਾਲਾ ਲਾ ਕੇ ਇਧਰੋਂ ਉਧਰੋਂ ਜਿਹੜਾ ਕਰਦਾ ਨਾ, ਉਹ ਜਾਣਦਾ ਨੀ ਹੁੰਦਾ ਤੇ ਕਹਿੰਦਾ ਮੈਂ ਜਾਣਦਾ ਵਾਂ। ਕਿਸੇ ਵੀ ਰੰਗ ਚ ਕਰੀ ਜਾਵੇ ਕਿਉਂਕਿ ਇਹਦੇ ਚ ਨਫ਼ਰਤ ਤੇ ਹੈ ਹੀ ਨੀ ਬੰਦੇ ਤੋਂ, ਕਿਸੇ ਵੀ ਰੰਗ ਚ ਕਰੇ ਇਹਨੂੰ ਪਿਆਰ ਕਰਨਾ ਚਾਹੀਦਾ ਵਾ ਨਾ। ਖਾ ਗਿਰਜੇ ਚ, ਖਾ ਮੰਦਿਰ ਚ, ਖਾ ਗੁਰਦੁਆਰੇ ਚ, ਖਾ ਮਸਜਿਦ ਚ, ਦਰਬਾਰ ਤੇ ਆ, ਧਰਮਸ਼ਾਲਾ ਵਾ, ਗਊਸ਼ਾਲਾ ਵਾ, ਠਾਕਰ ਦੁਆਰਾ, ਜਿੱਥੇ ਵੀ ਜੇ ਤੇ ਬੰਦੇ ਨਾਲ ਪਿਆਰ ਕਰ ਰਿਹਾ ਉਹਦੇ ਹਾਲ ਅਹਿਵਾਲ ਦਾ ਇਹਨੂੰ ਪਤਾ ਵਾ ਤੇ ਠੀਕ ਆ। ਉਹਨੇ ਇਸ ਗੱਲ ਚੋਂ ਕੀ ਲੈਣਾ ਵਾ? ਸਾਈ ਨੇ, ਸਾਈ ਤੇ ਕਹਿ ਰਿਹਾ ਵਾ ਕਿ ਮੈਂ ਤੇ ਤੈਨੂੰ ਪਿਆਰ ਕਰਨ ਲਈ ਬਣਾਇਆ ਵਾ, ਤੂੰ ਪਿਆਰ ਕਰ, ਤੈਨੂੰ ਇੱਕ ਦੂਜੇ ਦੇ ਹਾਲ ਅਹਿਵਾਲ ਤੋਂ ਖਬਰ ਹੋਣੀ ਚਾਹੀਦੀ ਹੈ। ਤੇ ਜਦੋਂ ਇੱਕ ਦੂਜੇ ਦੀ ਖਬਰ ਰੱਖਦਾ ਵਾ, ਪਿਆਰ ਰੱਖਦਾ ਵਾ, ਇਹ ਉਸ ਤੋਂ ਫਿਰ ਬੁਲੰਦ ਹੁੰਦਾ ਵਾ। ਇਹ ਧਰਮਾਂ ਤੋਂ, ਮਜ਼ਹਬਾਂ ਤੋਂ, ਜਾਤਾਂ ਤੋਂ, ਬਰਾਦਰੀਆਂ ਤੋਂ ਇਹਦੀ ਪਰਵਾਜ਼ ਬਹੁਤ ਬੁਲੰਦ ਹੁੰਦੀ ਆ, ਕਿਉਂਕਿ ਇਹ ਜਾਣ ਗਿਆ ਹੁੰਦਾ ਵਾ ਇਸ ਗੱਲ ਨੂੰ। ਇਹ ਸਿਰਫ ਉਸ ਕੰਧ ਦੇ ਢਹਿਣ ਦੇ ਇੰਤਜ਼ਾਰ ਚ ਹੁੰਦਾ ਵਾ ਕਿ ਕਦੋਂ ਇਹ ਢਵੇ ਤੇ ਮੈਂ ਪਰਲੇ ਪਾਸੇ, ਮੇਰਾ ਇਹ ਬਾਰਡਰ ਮੁੱਕੇ, ਮੇਰੀ ਆ ਜਿਹੜਾ ਲੀਕ ਵਾਹੀ ਹੋਈ ਆ ਇਹ ਖਤਮ ਹੋਵੇ
ਤੇ ਮੇਰਾ ਵਸਾਲ ਹੋਵੇ ਮੈਂ ਆਪਣੇ ਹਿੱਸੇ ਲੈ ਜਾਵਾਂ, ਬਸ ਇੰਨੀ ਕੇ ਦੀ ਖੇਡ ਹੈ। ਉਹ ਫੁੱਟਪਾਥ ਤੇ ਭਾਵੇਂ ਮਜ਼ਦੂਰੀ ਕਰੇ, ਇਹ ਕੋਈ ਐਸੀ ਗੱਲ ਨਹੀਂ। ਇਹ ਅਸੀਂ ਸਲੋਕ ਜਿਹੜੇ ਦਰਵੇਸ਼ ਨੇ ਨਾ, ਇਹ ਵਿਹੜਾ ਟਪਾ ਰਹੇ ਨੇ, ਇਹ ਵਿਹੜਾ ਟਪਾ ਰਹੇ ਆ, ਝੱਲਾ ਬਣ ਕੇ ਪਿਆਲਾ ਫੜ ਕੇ ਤੇ ਸਦਾ ਕਰ ਰਿਹਾ ਵਾ, ਤੇ ਲੋਕਾਂ ਕੋਲ ਲਾਹਨਤਾਂ ਮਲਾਹਨਤਾਂ ਸੁਣਦਾ ਪਿਆ ਕੋਈ ਕਿਸੇ ਦੀ। ਕਿਉਂ? ਉਹ ਮੇਰੇ ਸਾਈਂ ਫਰਮਾਉਂਦੇ ਸਨ, ਕਹਿੰਦੇ ਸੀ ਯਾਰ ਜਿਹੜਾ ਹਰਿਆ ਹੋਇਆ ਵਾ ਨਾ, ਹਰਿਆ ਹੋਇਆ, ਹਰਿਆ ਦੁਨੀਆਦਾਰੀ ਚ ਜੁੱਤਿਆ ਹੁੰਦਾ ਤੇ ਉਹ ਹਰਿਆ ਹੀ ਹੁੰਦਾ, ਉਹ ਕਦੇ ਵੀ ਜੁੱਤੀ ਨਹੀਂ ਚੁੱਕ ਸਕਦਾ। ਆ ਫਰਮਾਉਂਦੇ ਸ਼ੋਕੇਸ ਚ ਲੱਗੀ ਹੋਵੇ ਨਾ, ਤੇ ਇਹਦੇ ਲਹਿਦਾ ਲਹਿਦਾ ਨਾ ਹੁੰਦੇ ਨੇ। ਇਹ ਮੇਰੇ ਸਾਈਂ ਫਰਮਾਉਂਦੇ, ਉਦੋਂ ਮੈਂ ਕਿਸੇ ਦੀ ਦੁਕਾਨ ਤੇ ਨਾ ਨੌਕਰੀ ਕਰਦਾ ਹੁੰਦਾ ਸੀ, ਤੇ ਮੈਂ ਕਿਸੇ ਜੁੱਤੀ ਵਾਲੀ ਦੁਕਾਨ ਤੇ, ਤੇ ਉਹ ਬਾਦਸ਼ਾਹਾਂ ਨੇ ਨਾ, ਸਾਈਆਂ ਨੇ ਮੇਰੇ ਕੋਲ ਆ ਜਾਣਾ ਕਿਸੇ ਟਾਈਮ, ਤੇ ਇੱਕ ਦਿਨ ਆ ਕੇ ਫਰਮਾਨ ਲੱਗੇ ਤੇ ਜੋਗੀ ਇਹ ਕੀ ਲੱਗਾ ਹੋਇਆ? ਮੈਂ ਕਿਹਾ ਜੀ ਇਹ ਜੋਗਰ ਆ। ਫਰਮਾਉਂਦੇ ਇਹਦੇ ਨਾਲ ਕੀ ਆ? ਮੈਂ ਕਿਹਾ ਜੀ ਇਹ ਸ਼ੂ ਆ ਤਸਮੇ ਵਾਲਾ। ਤੇ ਕਹਿੰਦੇ ਇਹਦੇ ਨਾਲ? ਮੈਂ ਕਿਹਾ ਜੀ ਇਹ ਚੱਪਲ ਆ। ਤੇ ਕਹਿੰਦੇ ਜਿਹੜਾ ਥੱਲੇ ਪਿਆ ਵਾ? ਮੈਂ ਕਿਹਾ ਜਿਹੜੀ ਥੱਲੜੀ ਲੈਣ ਆ ਇਹ ਸਲੀਪਰ ਆ। ਤੇ ਆ ਫਰਮਾਉਂਦੇ ਅੱਛਾ ਅੱਛਾ ਆ ਜੋਗਰ ਆ, ਆ ਗਾਮ ਆ, ਆ ਸ਼ੂ ਆ, ਆ ਸਲੀਪਰ ਆ, ਆ ਚੱਪਲ ਆ, ਇਹਦੇ ਲਹਿਦਾ ਲਹਿਦਾ ਨਾਂ ਨੇ ਨਾ। ਮੈਂ ਕਿਹਾ ਹਾਂਜੀ ਇਹਦੇ ਬਾਬਾ ਜੀ ਲਹਿਦਾ ਲਹਿਦਾ ਨਾਂ ਹੀ ਹੁੰਦੇ ਆ ਜੀ। ਤੇ ਫਰਮਾਉਂਦੇ ਜਦੋਂ ਪੈਰ ਚ ਆ ਜਾਂਦੀ ਆ, ਉਦੋਂ ਤੇ ਕੋਈ ਨੀ ਕਹਿੰਦਾ ਮੇਰੇ ਜੋਗਰ ਫੜਾ, ਮੇਰੇ ਸ਼ੂ ਫੜਾ, ਉਦੋਂ ਕਹਿੰਦਾ ਮੇਰੀ ਜੁੱਤੀ ਫੜਾ। ਉਦੋਂ ਕਿਉਂ ਜੁੱਤੀ ਹੋ ਜਾਂਦੀ? ਇਹਦਾ ਨਾਂ ਖਤਮ ਹੋ ਜਾਂਦਾ ਵਾ। ਉਹ ਤੂੰ ਵੀ ਯਾਰ ਆਪਣਾ ਨਾਂ ਖਤਮ ਕਰ, ਤੂੰ ਵੀ ਜੁੱਤ ਜਾ। ਜਦੋਂ ਇਹ ਪੈਰ ਚਾਉਂਦੀ ਆ, ਠੰਡ ਤੋਂ ਬਚਾਉਂਦੀ, ਕੰਡੇ ਤੋਂ ਬਚਾਉਂਦੀ ਆ, ਰੋੜੇ ਤੋਂ ਬਚਾਉਂਦੀ ਆ, ਇਹਨੂੰ ਗਰਮੀ ਸਰਦੀ ਤੋਂ ਮਹਿਫੂਜ਼ ਰੱਖਦੀ ਆ, ਇਹਦੇ ਪੈਰ ਦੀ ਕੇਅਰ ਕਰਦੀ ਆ। ਉਦੋਂ ਇਹ ਪਹਿਲਾਂ ਇਹ ਹਾਰੀ ਆ, ਜਦੋਂ ਸ਼ੋਕੇ ਚ ਲੱਗੀ ਇਹ ਹਰੀ ਆ, ਜਦੋਂ ਪੈਰ ਚ ਆਈ ਉਦੋਂ ਇਹ ਜੁੱਤੀ ਆ, ਉਦੋਂ ਇਹ ਜੁੱਤ ਗਈ। ਕਿਹਨੇ ਆਣ ਕੇ ਇਹਨੂੰ ਫਾਇਦਾ ਦਿੱਤਾ? ਇਸ ਕਰਕੇ ਤੂੰ ਵੀ ਐਡੀ ਨਫੀ ਕਰ ਲੈ, ਤੂੰ ਵੀ ਜਿੱਤ ਜਾ, ਤੂੰ ਵੀ ਏਦਾਂ ਹਾਰਿਆ ਹੋਇਆ ਹੀ ਆ। ਜਿੰਨਾ ਤੂੰ ਪਿਆਰ ਕਰੀ ਜਾਏਗਾ, ਉਹ ਫਿਰ ਉਸ ਹਿਸਾਬ ਦੇ ਵਿੱਚ ਆ ਕੇ ਮੈਨੂੰ ਇਸ ਗੱਲ ਖੁੱਲ ਗਈ। ਉਹ ਫਿਰ ਫਰਮਾਉਂਦੇ ਕਿ ਜਿਹੜਾ ਕਿਸੇ ਦੀ ਦੂਸਰੀ ਜੁੱਤੀ ਮਿੱਟੀ ਲੱਗੀ ਹੋਈ ਆ, ਉਹਨੂੰ ਗੰਦੀ ਮੰਦੀ ਚੁੱਕ ਕੇ ਝੋਲੀ ਚ ਰੱਖ ਕੇ ਸੀਣ ਦਿਆ ਵਾ, ਉਹ ਵੱਡੇ ਬੰਦੇ ਦਾ ਜੁੱਤੇ ਹੋਏ ਦਾ ਕੰਮ ਆ, ਹਾਰਿਆ ਤੇ ਏਡਾ ਕਰ ਹੀ ਨਹੀਂ ਸਕਦਾ। ਉਹਦੇ ਵਿਚਾਰੇ ਨੂੰ ਕੁਛ ਨੀ ਹੈਗੀ, ਉਹਦੇ ਚੌਧਰ ਚ ਫਸਿਆ ਹੋਇਆ ਵਾ। ਇਹ ਤੇ ਜੁੱਤੇ ਬੰਦੇ ਦਾ ਕੰਮ ਆ, ਕਿਸੇ ਦੀ ਪੁਰਾਣੀ ਜੁੱਤੀ ਜਿਹੜੀ ਗਲਾਦਤ ਲੱਗੀ ਹੋਈ ਝੋਲੀ ਚ ਰੱਖ ਕੇ ਤੇ ਉਹਨੂੰ ਪਾਲਿਸ਼ ਕਰ ਦੇਵੇ, ਉਹਨੂੰ ਸੀ ਦੇਵੇ, ਇਹ ਵੱਡੇ ਬੰਦੇ ਦਾ ਕੰਮ ਹੈ। ਤੇ ਜਦੋਂ ਫਿਰ ਇਹ ਗੱਲਾਂ ਖੁੱਲਦੀਆਂ ਰਹੀਆਂ, ਫਿਰ ਸੋਚਿਆ ਕਿ ਉਹ ਜਿੰਨਾ ਠਾਂ ਜਾਣਾ ਵਾ ਉਹ ਹੀ ਤਾਂ ਜਾਣਾ ਵਾ, ਜਿਹੜਾ ਇਹ ਤਾਂ ਸਮਝਣ ਦੇ ਤੇ ਠਾਂ ਜੋਗੇ ਵੀ ਨੀ ਹੈਗੇ ਹਾਲੀ। ਤੇ ਉਹ ਥਾਂ ਜਦੋਂ ਥਾਂ ਉਦੋਂ ਹੀ ਜਾ ਸਕਦਾ ਵਾ ਜਦੋਂ ਸਾਰਿਆਂ ਨਾਲ ਪਿਆਰ ਕਰੇਗਾ, ਉਸੇ ਸੂਰਤ ਨਾਲ ਪਿਆਰ ਕਰੇਗਾ। ਮਾਲਕ ਤੁਹਾਨੂੰ ਸਲਾਮਤ ਰੱਖੇ। ਤਰਬੀਅਤ ਜੁੱਤੀ ਕਿਸੇ ਦੀ ਕੰਧ ਨਾਲ ਭਰੀ ਝੋਲੀ ਰੱਖ ਸੀ ਨਾ, ਇਹ ਤਰਬੀਅਤ ਤੇ ਮੰਜ਼ਲਾਂ ਹਾਸਲ ਕਰਨ ਦੀ। ਅੱਛਾ ਤੁਸੀਂ ਬੰਦਿਆਂ ਦੇ ਤਿੰਨ ਕਿਸਮਾਂ ਵੀ ਦੱਸਤੀਆਂ ਸੁਣਨ ਵਾਲਿਆਂ ਨੂੰ, ਬੰਦਿਆਂ ਦੀ ਵੰਡ ਵੀ ਕਰ ਦਿੱਤੀ, ਤੁਹਾਡੇ ਅਸੀਂ ਬੜੇ ਧੰਨਵਾਦੀ ਹਾਂ। ਅੱਛਾ ਮੈਂ ਚਾਹਾਂਗਾ ਭਾਅ ਜੀ ਤੁਹਾਡੀ ਸ਼ਾਇਰੀ 'ਚ ਬਾਬਾ ਜੀ ਬਹੁਤ ਜ਼ਿਆਦਾ ਮੈਂ ਦੀ ਨਫੀ ਹੈ, ਜ਼ਾਹਿਰ ਤੁਸੀਂ ਹੱਕ ਵੱਲ ਲੋਕਾਂ ਨੂੰ ਲੈ ਕੇ ਜਾਂਦੇ ਹੋ। ਤੁਸੀਂ ਇੱਕ ਪ੍ਰੋਗਰਾਮ 'ਚ ਆਪਣਾ ਤਾਰਫ ਕਰਾਇਆ ਸੀ ਕਿ ਮੈਂ ਸੀ ਤੇ ਜਿੰਦ ਨੱਚਦੀ ਨਹੀਂ ਸੀ, ਕੌੜੀ ਬੰਦੀ ਨੱਚਦੀ ਮੇਰੇ ਚੋਂ ਜਦ ਮੈਂ, ਇਹ ਤਰ੍ਹਾਂ ਇਹ ਪੂਰਾ ਇੱਕ ਫਲਸਫਾ ਹੈ। ਮੈਂ ਚਾਹੁੰਦਾ ਸੀ ਇਹ ਵੀ ਕੋਈ ਦੋ ਚਾਰ ਜਿਹੜਾ ਨੇ ਸ਼ੇਰ ਤੁਹਾਡੇ ਮੂੰਹ ਕੋਲ। ਹਾਂ ਮੈਂ ਜ਼ਰਾ ਦੋ ਘੁੱਟ ਪਾਣੀ ਪੀ ਲਾਂ। ਜੀ ਜ਼ਰੂਰ ਸਰ, ਪਾਣੀ ਪੀ। ਜੀ ਜੀ ਬਾਬਾ ਜੀ ਦੀਆਂ ਗੱਲਾਂ ਹੀ ਏਡੀਆਂ ਵੱਡੀਆਂ ਨੇ, ਮੇਰੇ ਕੋਲ ਤਾਂ ਕੋਈ ਸਵਾਲ ਹੀ ਨਹੀਂ ਰਿਹਾ ਪੁੱਛਣ ਲਈ। ਨਹੀਂ ਜੀ ਮੈਂ ਵੀ ਨਾ ਐਵੇਂ ਭਰਤੀ ਪਾਣ ਡਿਆ ਕਿ ਜਿਵੇਂ ਵਰਨਾ ਲੋੜ ਤੇ ਕੋਈ ਨਹੀਂ ਗੱਲ ਮੁੱਕਾ ਜੀ। ਔਰ ਸੁਣਨ ਚ ਨਾ ਆ ਰਿਹਾ, ਪੁੱਛਣ ਚ ਕੁਛ ਨਹੀਂ। ਇਹ ਗੱਲਾਂ ਤੁਹਾਡੀਆਂ ਹੀ ਨੇ, ਇਹ ਗੱਲਾਂ ਤੁਹਾਡੀਆਂ ਹੀ ਨੇ। ਮੇਰੇ ਸਾਈਂ ਫਰਮਾਉਂਦੇ ਹੁੰਦੇ ਸੀ ਕਿਸੇ ਬੰਦੇ ਨੇ ਆਣਾ ਨਾ ਤੇ ਉਹਨੂੰ ਨਾ ਖੁੱਲ ਕੇ ਬੋਲਣ ਦੇਣਾ, ਆਪਨੇ ਖਾਮੋਸ਼ ਹੋ ਕੇ ਬੈਠੇ ਰਹਿਣਾ। ਉਹਦੇ ਨਾਲ ਜਦੋਂ ਸਾਰੀ ਆਪਣੀ ਗੁਫ਼ਤਗੂ ਵਾਈਂਡ ਅਪ ਕਰ ਲੈਣੀ, ਆਪਣਾ ਜੋ ਵੀ ਬੋਲ ਬਚਨ ਸਾਰਾ ਕਰ ਲੈਣਾ ਨਾ, ਤੇ ਆਪਨੇ ਫਿਰ ਗੁਫ਼ਤਗੂ ਸ਼ੁਰੂ ਕਰਨੀ। ਉਹ ਫਿਰ ਜਿਹੜੇ ਉਹਦੇ ਦਿਮਾਗ 'ਚ ਰਹਿੰਦੇ ਹੁੰਦੇ ਸੀ ਨਾ ਸਵਾਲ, ਉਹ ਵੀ ਉਹਨੂੰ ਜਵਾਬ ਦੇਣੇ ਸ਼ੁਰੂ ਕਰ ਦੇਣੇ, ਤੇ ਉਹਨੇ ਕਹਿਣਾ ਨਹੀਂ ਜੀ ਬਸ ਠੀਕ ਹੋ ਗਿਆ, ਹੁਣ ਠੀਕ ਹੋ ਗਿਆ, ਪੁੱਛਣੇ ਸੀ ਭੁੱਲ ਗਏ ਸੀ ਇਹ ਤੇ ਤੁਸੀਂ ਯਾਦ ਕਰਾ ਕੇ ਆਪੇ ਹੀ ਕਹਿਤੇ। ਤੇ ਇਹ ਸਾਰੀ ਸਾਈ ਦੀ ਖੇਡ, ਇਹ ਸਾਰੀ ਸਾਈ ਦੀ ਖੇਡ। ਉਹ ਜਿਹੜੀ ਨਜ਼ਮ ਤੁਸੀਂ ਮਲਕ ਸਾਹਿਬ ਕਹਿੰਦੇ ਪਏ ਹੋ ਨਾ, ਜੀ ਜੀ, ਉਸ ਨਜ਼ਮ, ਉਹ ਨਜ਼ਮ ਬਾਅਦ ਚ ਬਣੀ। ਉਹ ਮੇਰੇ ਨਾ ਇੱਕ ਦੋਸਤ ਨੇ ਬੜੇ ਪਿਆਰੇ, ਤੇ ਉਹ ਜਰਮਨ ਹੁੰਦੇ ਆ, ਮਨਜੀਤ ਭੱਟੀ ਉਹਨਾਂ ਦਾ ਨਾਂ, ਬੜਾ ਪਿਆਰ ਮੇਰੇ ਨਾਲ ਕਰਦੇ। ਤੇ ਉਹ ਮੈਨੂੰ, ਉਹਨਾਂ ਨੇ ਨਾ ਬੜੀ ਵਾਰੀ ਮੈਨੂੰ ਕਿਹਾ ਕਿ ਬਾਬਾ ਜੀ ਮੈਨੂੰ ਪਤਾ ਵਾ ਤੁਸੀਂ ਜਿੰਨਾ ਮਰਜ਼ੀ ਚ ਪਾਓ ਕਿ ਤੁਸੀਂ ਕੀ ਕਰਦੇ ਆ, ਇਹ ਉਹ ਸਾਰਾ ਕੁਛ, ਤੇ ਤੁਸੀਂ ਨਾ ਕਿਤਾਬ ਚ ਪਾਓ। ਤੇ ਮੈਂ ਕਹਿਣਾ ਅੱਛਾ ਮੈਂ ਮਨਜੀਤ ਮੈਂ ਛਪਾਵਾਂਗਾ, ਉਹਨੂੰ ਮੈਂ ਟਾਲ ਦੇਣਾ। ਨਹੀਂ ਨਹੀਂ ਉਹਨੇ ਕਹਿਣਾ ਤੁਸੀਂ ਬਾਬਾ ਜੀ ਕਿਤਾਬ ਚ ਪਾ ਲਓ, ਤੁਸੀਂ ਦੱਸੋ ਕੀ ਇਹਦਾ ਹੁੰਦਾ ਹਿਸਾਬ ਕਿਤਾਬ, ਜੇ ਉਹ ਬੜਾ ਭੋਲਾ ਬੰਦਾ ਤੇ ਬੜਾ ਚੰਗਾ ਜੀ ਆ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਲੋਕਾਂ ਨੇ ਨਾ ਗੂੰਗੀਆਂ ਕਿਤਾਬਾਂ ਛਪਾਈਆਂ ਨੇ, ਤੇ ਮੈਂ ਬੋਲਦੀਆਂ ਕਿਤਾਬਾਂ ਬਣਾ ਰਿਹਾ ਵਾਂ ਜਿਹੜੀਆਂ ਬੋਲਦੀਆਂ ਨੇ,
ਕਿੰਨੀਆਂ ਬੜੀਆਂ, ਮੈਂ ਕਿਹਾ ਮੈਂ ਬੋਲ ਦੀਆਂ ਕਿਤਾਬਾਂ ਬਣਾਈਆਂ ਹੋਈਆਂ, ਮੈਂ ਜਿਹੜੀਆਂ ਕਵਿਤਾ ਲਿਖਦਾ ਉਹਦੇ 60-60, 70-70 ਸ਼ੇਰ ਹੁੰਦੇ ਨੇ, ਤੇ ਲੋਕਾਂ ਨੂੰ ਜ਼ਬਾਨੀ ਯਾਦ ਨੇ, ਕਿਸੇ ਨੂੰ ਮਾਂ ਬੋਲੀ ਨਜ਼ਮ ਪੂਰੀ ਯਾਦ ਆ, ਕਿਸੇ ਨੂੰ ਸਫ਼ਰ ਪੂਰੀ ਯਾਦ ਆ, ਕਿਸੇ ਨੂੰ ਨੱਚ ਨੀ ਜਿੰਦੇ ਨੱਚ ਪੂਰੀ ਯਾਦ ਆ, ਕਿਸੇ ਨੂੰ ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇ ਇਹ ਯਾਦ ਆ, ਕਿਸੇ ਨੂੰ ਯਾਨੀ ਉਹ ਜਿਸ ਤਰ੍ਹਾਂ ਮੈਂ ਅਰਜ਼ ਕਰਨ ਦਿਆ ਸੀ ਕਿ ਮੈਂ ਕਿਹਾ ਮੈਂ ਬੋਲ ਦੀਆਂ ਕਿਤਾਬਾਂ ਬਣਾਈਆਂ ਵਾ, ਇਹ ਤੇ ਚੁੱਪ ਕਿਤਾਬ ਆ, ਇਹ ਤੇ ਰੱਖਤੀ ਆਣ ਕੇ ਕਿਸੇ ਨੇ ਡੈਕੋਰੇਸ਼ਨ ਲਈ ਉਹ ਸ਼ੈਲਫ ਬਣਾਈ ਉਹਦੇ ਵਿੱਚ ਰੱਖਤੀ, ਤੇ ਜਿਹੜੀ ਬੋਲਦੀ ਕਿਤਾਬ ਆ ਉਹਨੂੰ ਕੌਣ ਚੁੱਪ ਕਰਾਏਗਾ? ਜੇ ਮੈਂ ਬਜ਼ਾਹਰ ਚੁੱਪ, ਬਜ਼ਾਹਰ ਜਦੋਂ ਚੁੱਪ ਹੋ ਜਾਗਾ ਨਾ, ਤੇ ਜਿਹੜੀ ਬੋਲਦੀ ਕਿਤਾਬ ਆ ਮੇਰੀ ਗਵਾਹੀ ਦੇਗੀ ਕਿ ਨਹੀਂ ਉਹ ਮੈਨੂੰ ਪਤਾ ਇਸ ਕਿਤਾਬ ਨੇ ਕੀ ਤੂੰ ਗਵਾਹੀ ਦੇਣੀ, ਇਹਨੂੰ ਤੂੰ ਕੁਛ ਸ਼ੈਲਫ ਚੋਂ ਕੱਢੇਗਾ, ਫੋਲੇਗਾ, ਵੇਖੇਗਾ, ਫਿਰ ਉਹਦੇ ਉੱਤੇ ਨੁਕਤਾਚੀਨੀ ਕਰੂਗਾ, ਇੱਥੇ ਵਜਨ ਨੀ ਪੂਰਾ, ਇੱਥੇ ਆਹ ਨੀ ਪੂਰਾ, ਇੱਥੇ ਤਕੜੀ ਚ ਝੋਲ ਮਾਰੀ, ਇੱਥੇ ਆਹ ਕੀਤਾ, ਉਹ ਗੱਲ ਤੱਕ ਤੇ ਜਾਣਦਾ ਹੀ ਕੋਈ ਨੀ। ਉਹ ਜਿਵੇਂ ਮੀਆਂ ਸਾਹਿਬ ਫਰਮਾਉਂਦੇ ਨੇ ਨਾ ਕਿ ਜਿਸ ਬਹਿ ਬਹਿ ਗਏ ਸਿਆਣੇ ਪੀ ਪੀ ਮਸਤ ਪਿਆਲੇ, ਬਹਿ ਬਹਿ ਗਏ ਸਿਆਣੇ ਪੀ ਪੀ ਮਸਤ ਪਿਆਲੇ, ਉਹ ਖਾਲੀ ਰਹਿ ਗਏ ਮੱਟ ਮੁਹੰਮਦ ਖਾਲੀ ਮਜਲਿਸ ਵਾਲੇ, ਵਾਹ ਵਾਹ, ਖਾਲੀ ਰਹਿ ਗਏ ਮੱਟ ਮੁਹੰਮਦ ਖਾਲੀ ਮਜਲਿਸ ਵਾਲੇ, ਤੇ ਅਵਲ ਤੇ ਕੁਝ ਸ਼ੌਕ ਨਾ ਕਿਸੇ, ਅਵਲ ਤੇ ਕੁਝ ਸ਼ੌਕ ਨਾ ਕਿਸੇ, ਕੌਣ ਸੁਖ ਨਜ ਸੁਣਦਾ, ਅਵਲ ਤੇ ਕੁਝ ਸ਼ੌਕ ਨਾ ਕਿਸੇ, ਕੌਣ ਸੁਖ ਨਜ ਸੁਣਦਾ, ਜੇ ਸੁਣ ਸੀ ਤੇ ਕਿੱਸਾ ਉਤਲਾ ਕੋਈ ਨਾ ਰਮਜ਼ਾ ਪੁਣਦਾ, ਪਹੁੰਚਣਾ ਉਹਦੀ ਰਮਜ਼ ਤੱਕ ਪਹੁੰਚਣਾ ਵਾ ਕਿ ਆਖਿਰ ਕੀ ਵਜ੍ਹਾ ਵਾ ਕਿ ਸਾਰੀ ਦੁਨੀਆ ਕੋਈ ਕੋਠੀ ਬਣਾ ਰਹੀ, ਕੋਈ ਬੰਗਲਾ ਬਣਾ ਰਹੀ, ਕੋਈ ਬਿਜ਼ਨਸਮੈਨ ਬਣ ਰਿਹਾ, ਕੋਈ ਯੂਰਪ ਜਾ ਰਿਹਾ, ਕੋਈ ਕਿਤੇ ਜਾ ਰਿਹਾ, ਕੋਈ ਕਿਤੇ ਜਾ ਰਿਹਾ, ਇਹਨੂੰ ਕੀ ਬਿਮਾਰੀ ਹੈ? ਇਹ ਕਿਉਂ ਲੋਕਾਂ ਨੂੰ ਠੀਕ ਕਰਨ ਨੂੰ ਲੱਗਾ ਹੋਇਆ? ਇਹ ਕਿਉਂ ਕਹਿੰਦੇ ਆਪਣੀ ਮੈਂ ਨੂੰ ਸਰੈਂਡਰ ਕਰੋ? ਇਹ ਕਿਉਂ ਕਹਿੰਦਾ ਬੰਦੇ ਨਾਲ ਪਿਆਰ ਕਰੋ? ਇਹ ਕਿਉਂ ਕਹਿੰਦਾ ਭੁੱਖੇ ਨੂੰ ਰੋਟੀ ਦਿਓ? ਇਹ ਕਿਉਂ ਕਹਿੰਦਾ ਧਰਿਆਏ ਨੂੰ ਪਾਣੀ ਦਿਓ? ਇਹ ਕਿਉਂ ਕਹਿੰਦਾ ਨੰਗੇ ਨੂੰ ਕੱਪੜਾ ਦਿਓ? ਇਹ ਕਿਉਂ ਕਹਿੰਦਾ ਬੇਘਰ ਲਈ ਘਰ ਬਣਾ ਕੇ ਦਿਓ? ਉਹ ਵੀ ਮੈਂ ਕਿੱਥੇ ਕਹਿੰਦਾ, ਇਹ ਤਾਂ ਰੱਬ ਕਹਿੰਦਾ, ਇਹ ਤਾਂ ਪਰਮਾਤਮਾ ਕਹਿੰਦਾ, ਇਹ ਜਿਹੜਾ ਵਾਹਿਗੁਰੂ ਤੇਰਾ ਉਹ ਵੀ ਇਹੀ ਕਹਿੰਦਾ, ਜਿਹੜਾ ਗਾਡ ਆ ਉਹ ਵੀ ਇਹੀ ਕਹਿੰਦਾ, ਜਿਹੜਾ ਰਾਮ ਆ ਉਹ ਵੀ ਕਹਿੰਦਾ, ਰਹੀਮ ਵੀ ਇਹੀ ਕਹਿੰਦਾ, ਉਹ ਤੇ ਸਾਰਾ ਉਹਦਾ ਪੈਗਾਮ ਆ। ਇਹਦਾ ਮਤਲਬ ਹੈ ਉਸ ਰਮਜ਼ ਤੱਕ ਅਪਣਨਾ ਚਾਹੀਦਾ ਵਾ ਕਿ ਉਹ ਰਮਜ਼ ਕੀ ਹੈ। ਜਦੋਂ ਉਸ ਰਮਜ਼ ਤੱਕ ਜਾਏਗਾ ਨਾ, ਤੇ ਫਿਰ ਤੇ ਗੱਲ ਸਾਰਿਆਂ ਦੀ ਸਾਂਝੀ ਆ। ਜਿਵੇਂ ਬੁੱਲੇ ਜੀ ਕਹਿੰਦੇ ਨੇ ਕਿ ਗੱਲ ਸਮਝ ਲਈ ਤੇ ਰੌਲਾ ਕੀ, ਗੱਲ ਸਮਝ ਲਈ ਤੇ ਰੌਲਾ ਕੀ, ਉਹ ਫਿਰ ਰਾਮ ਰਹੀਮ ਤੇ ਮੌਲਾ ਕੀ, ਵੀ ਉਹ ਰਾਮ ਰਹੀਮ ਵੀ ਮੌਲਾ ਵੀ ਹੈ ਤੇ ਉਹਦੇ ਤੱਕ ਅਪੜਨਾ। ਤੇ ਜਦੋਂ ਉਹਨਾਂ ਨੇ ਮੈਨੂੰ ਕਿਹਾ ਨਾ ਕਿ ਤੁਸੀਂ ਕਿਤਾਬ ਦਾ, ਤੇ ਉਹ ਮੈਂ ਸੋਚਿਆ ਇੱਕ ਦਿਨ ਰਾਤ ਨੂੰ ਬੈਠੇ, ਮੈਂ ਕਿਹਾ ਯਾਰ ਜੇ ਮੈਂ ਕਿਤਾਬ ਛਪਾਈ ਤੇ ਫਿਰ ਉਹ ਲੋਕਾਂ ਕੋਲ ਵੀ ਮੈਨੂੰ ਲਿਖਾਉਣਾ ਪਊਗਾ, ਕਿਸੇ ਕੋਲ ਜਾ ਕੇ ਗਿਆ ਲਿਖਣਾ ਵਾ ਇਹਦੇ ਤੇ ਯੇ ਵੋ, ਫਿਰ ਮੈਨੂੰ ਆਪਣੇ ਬਾਰੇ ਵੀ ਕੁਛ ਲਿਖਣਾ ਪਊਗਾ ਕਿ ਮੈਂ ਕੌਣ ਆ, ਮੈਂ ਕਿੱਥੇ ਰਹਿਣਾ ਵਾ, ਮੈਂ ਜੰਮਿਆ ਕਦੋਂ, ਮੈਂ ਕੀਤਾ ਕੀ, ਮੈਂ ਕੀ ਕੀ ਕਰਦਾ ਰਿਹਾ, ਮੇਰਾ ਬਾਬਾ ਕੌਣ, ਮੇਰੀ ਮਾਤਾ ਕੌਣ, ਯੇ ਵੋ ਸਾਰਾ ਕੁਛ ਲਿਖਣਾ ਪਊਗਾ ਮੈਨੂੰ। ਤੇ ਮੈਂ ਤਾਂ ਸਿੱਧਾ ਜਿਹਾ ਬੰਦਾ, ਮੈਨੂੰ ਤਾਂ ਮਜ਼ਦੂਰੀ ਤੋਂ ਵਿਹਲ ਨਹੀਂ ਲੱਭਦਾ ਕਿ ਜੇ ਮਜ਼ਦੂਰੀ ਤੇ ਨਾ ਜਾਵਾਂ ਤੇ ਨਜ਼ਮ ਰਹਿ ਜਾਂਦੀ ਹੈ, ਜੇ ਨਜ਼ਮ ਹੋ ਜਾਵੇ ਤੇ ਦਿਹਾੜੀ ਰਹਿ ਜਾਂਦੀ ਹੈ। ਮੈਂ ਤੇ ਇਸ ਕਿਸਮ ਦਾ ਬੰਦਾ, ਹੁਣ ਮੈਂ ਕੀ ਕਰਨਾ? ਮੈਂ ਨਾ ਅੱਛਾ, ਫਿਰ ਮੈਂ ਕਿਹਾ ਚਲੋ ਰਾਤ ਦਾ ਟਾਈਮ ਸੀ, ਮੈਂ ਕਿਹਾ ਯਾਰ ਮਨਜੀਤ ਨੇ ਨਾ ਮੈਨੂੰ ਬੜੀ ਵਾਰੀ ਕਿਹਾ ਤੇ ਮੈਂ ਨਾ ਕੁਛ ਕਰਦਾ, ਉਹ ਮੈਂ ਨਾ ਉਹ ਲਿਖਣਾ ਸ਼ੁਰੂ ਕਰਤਾ, ਤੇ ਉਹਦੇ ਉੱਤੇ ਮੈਂ ਆਪਣੇ ਨੂੰ ਲਿਖਿਆ ਕੁਝ ਆਪਣੇ ਬਾਰੇ, ਕੁਝ ਆਪਣੇ ਬਾਰੇ, ਠੀਕ ਹੈ। ਤੂੰ ਮੇਰੇ ਅੰਦਰ ਨਾਲ ਕਿ ਤੇਰੇ ਬਾਰੇ ਕਿਹੜਾ ਹੋਏ, ਤੂੰ ਹੈ ਕੌਣ ਆ ਜਿਹੜਾ ਤੂੰ ਆਪਣੇ ਬਾਰੇ ਲਿਖੇਗਾ, ਹੋਏਗਾ ਤੇ ਆਪਣੇ ਬਾਰੇ ਲਿਖੇਗਾ? ਜੇ ਤੂੰ ਹੈਗਾ ਵਾ, ਇਹਦਾ ਮਤਲਬ ਕਿ ਮੈਂ ਆਪਣੀ ਲਿਖਾਂ ਕਿ ਮੈਂ ਹੈਗਾ, ਤੇ ਫਿਰ ਤੂੰ ਕਿੱਥੇ ਆ? ਜੇ ਮੈਂ ਨਾ ਹੋਵਾਂਗਾ ਫਿਰ ਤੇ ਉਹ ਹੋਏਗਾ। ਤੇ ਉਹ ਮੈਂ ਨਾ ਲਿਖਣਾ ਸ਼ੁਰੂ ਕਰਤਾ ਕਿ ਕੁਝ ਆਪਣੇ ਬਾਰੇ, ਕਿ ਮੈਂ ਆਪਣੇ ਬਾਰੇ ਕੀ ਆਖਾਂ, ਮੈਂ ਆਪਣੇ ਬਾਰੇ ਕੀ ਆਖਾਂ, ਕੁਝ ਹੋਵਾਂ ਤੇ ਕੁਝ ਆਖਾਂ, ਮੈਂ ਆਪਣੇ ਬਾਰੇ ਕੀ ਆਖਾਂ, ਕੁਝ ਹੋਵਾਂ ਤੇ ਕੁਝ ਆਖਾਂ। ਉਹ ਮੈਂ ਸੀ ਤੇ ਜਿੰਦ ਨੱਚਦੀ ਨੀ ਸੀ, ਮੈਂ ਸੀ ਤੇ ਜਿੰਦ ਨੱਚਦੀ, ਮੈਂ ਸੀ ਤੇ ਨੱਚਦੀ ਨੀ ਸੀ, ਕੌੜੀ ਮੰਦੀ ਪਚਦੀ ਨੀ ਸੀ, ਮਿੰਟ ਚ ਗਰਮੀ ਖਾਈਦੀ ਸੀ, ਉਹ ਮੈਂ ਜੋ ਸੀ। ਮੈਂ ਆਪਣੇ ਬਾਰੇ ਕੀ ਆਖਾਂ, ਕੁਝ ਹੋਵਾਂ ਤੇ ਕੁਝ ਆਖਾਂ। ਮੈਂ ਸੀ ਤੇ ਜਿੰਦ ਨੱਚਦੀ ਨੀ ਸੀ, ਕੌੜੀ ਮੰਦੀ ਪਚਦੀ ਨੀ ਸੀ, ਮੇਰੇ ਚੋਂ ਜਦ ਮੈਂ ਉਸ ਕੱਢੀ, ਕੀਤਾ ਅੱਤ ਭਲਾ, ਮੇਰ ਪ੍ਰੀਤੋਂ ਝੁੰਬਰ ਪਾਈ ਨੱਠੀ ਕੂੜ ਬਲਾ। ਇਸ ਤਰ੍ਹਾਂ ਉਸ ਮੈਂ ਨੂੰ ਤੂੰ ਦੇ ਸਿੱਧੇ ਰਸਤੇ ਪਾਇਆ, ਇਸ ਤਰ੍ਹਾਂ ਉਸ ਮੈਂ ਤੂੰ ਦੇ ਸਿੱਧੇ ਪਾਇਆ, ਲਾ ਤੂੰ ਫੇਰ ਹੀ ਲਾ ਦਾ ਪਾਉਂਦੀ ਘੜੀਆਂ ਵਿੱਚ ਬਣਾਇਆ। ਆਹ ਵਾਹ ਵਾਹ, ਲਾ ਤੋਂ ਫੇਰ ਲਾ ਦਾ ਪਾਉਂਦੀ ਘੜੀਆਂ ਵਿੱਚ ਬਣਾਇਆ,
इस तरह उस मैं तू दे सीधे रस्ते पाया, ला तो फेर ही ला दा पांधी घड़िया विच बनाया, ते फेर इस राह विच मस्जिद गिरजा ना कोई दिसया मंदिर, अपने अंदर झात पवा के दसिया भेत कलंदर, इस भेत फिर मेरे को अखरे लिखवाए, सदियों पहलो होए बीते किसे याद कराए, कंजन मखफी कंजन मतलब साहब तुम समझ रहे हो उस गल पंथ की बात है, पाक कलाम की बात है, मैं छुपया होया कंजन मखफी राज अनोखा रमजा ना समझाया, आना अंता रूप निराला वारद कर दिखलाया, ते किस्सा ओ लस्को वाला दूरे को करवाया, फिर इकरार बलादा मेथो मुड़के फेर कराया, ते पानी मिट्टी अग हवा चो मुड़के फेर लंघाया, फिर उस पंजवी रूह ते मेरा साफ ध्यान पवाया। हाँ ये मेरी गल नहीं है, सब दी गल आ, ये आप दी भी गल आ, गल आ बच्चे दी, ये पूरे संसार दी गल आ, कि पानी जो किसी नूं हादी मिलदा इहनूं पानी मिट्टी अग हवा चो एक बार फिर लंघाउंदा, फिर लंघा के इहनूं इहदी रूह दे बारे ज्ञान दिंदा, इहदी रूह नाल ज्ञान दे के ते फिर इहनूं पता लगदा वे कि मैं नवां बणिआ, क्योंकि साधु यह नहीं कहते, किसी को पूछे ना किसी साधु नूं कि तेरी कितनी उम्र है, तो वो साधु अगो कह लगे कि मेरी उम्र है कोई 8 साल ते 6 घंटे, उन्होंने तुहाडी उम्र ते हैगी 90-95 साल, वह कहते नहीं नहीं आ जो भी मैनू अपने आप का पता लगा वा मैनू साई ने दसिया वा उन्होंने 8 साल ते 6 घंटे हो या, पहले जाया ही गई है सारी, जिनी देर इन अपना पता ना लगे ओही उम्र की गिनती दे जो इन अपना पता लग गया कि मैं कौन आ, मैं कितों आया, मेरे इतने आने का मतलब की आ, मैं इतने करन की भेजे वा, मैनू मैं इतों होके वापस कितने जाना वा, तो जे मैं वापस जावगा तो जे कवे को बस ना कोई अगे हैगा ना पिछे हैगा इतने सब कुछ मुक गया, वो तो फिर निजाम बेहतर नहीं रहा, जे उन्होंने दस कि दुनिया प्यार कर सब कुछ कर फिर वह निजाम बड़ा सोहना चलता वा, है तो सब कुछ यही कह रहा जी जी खैर। अच्छा बाबा जी दसो जी, कई दफा एक ना सुनिया मैं, एक तो मैं भी दुखा दसता जावा कि मेरी जी मुलाकात बाबा जी हुई सुलेख मेले लैलपुर, पिछले बार अभी मुशायरा कट्ठे पढ़िया, कला था तो बाबा जी अपने साथियों कह गड्डी दे नाल ला लवो इन्हू मेन रोड तक पहुंचा के फिर असं अपने पिंड चलना, बंदा जा रहा हो जयपुर तो पुछेगा कि बाबा जी इतने खड़े हो, मैं यार मैं जरा काम जाना तो बैठो मैं भी उथे चला वा, वो अपना काम करके तो शाम है दो तीन वारी मैं गल सुनी के बाबा जिहड़ा हुंदा वो बुद्धि नाल हुंदा उमर नाल नहीं हुंदा, इह गल कीती इह साईयां दी इह, क्योंकि मैं पुछिया सी गल जिहड़ी ना बड़ी प्यारी और इक गल च पूरी जिंदगी है जी जी, ਇਹ ਗੱਲ ਬਾਬਾ ਜੀ ਕੋ ਤੁਸੀਂ ਸੁਣੀ ਜਾਂ ਤੁਹਾਡੇ ਮਨ ਚ ਆਈ? ਮੈਂ ਅਰਜ਼ ਕਰਦਾ ਵਾਂ ਇੱਕ ਇਸ ਤਰ੍ਹਾਂ ਨਾ, ਇੱਕ ਵਾਰੀ ਉਹ ਬੈਠੇ ਹੋਏ ਸੀ ਨਾ ਸਾਈਂ ਕੋ, ਦੁਨੀਆਂ ਦੀ ਜਿਹੜੀ ਕੋਈ ਵੀ ਗੱਲ ਹੈ ਨਾ ਮਲਿਕ ਸਾਹਿਬ, ਦੁਨੀਆਂ ਦੀ ਕੋਈ ਵੀ ਗੱਲ ਹੈ ਉਹ ਪਹਿਲੋਂ ਕਹੀ ਹੋਈ ਗੱਲ ਹੈ, ਲੇਕਿਨ ਉਹ ਜਦੋਂ ਕਿਸੇ ਤੇ ਵਰਦ ਹੋ ਕੇ ਹੁੰਦੀ ਹੈ ਨਾ, ਜਿਵੇਂ ਬੁੱਲਾ ਵੀ ਤੇ ਇਹੀ ਕਹਿੰਦਾ ਨਾ, ਅਵਲ ਆਖਰ ਆਪ ਨੂੰ ਜਾਣਾ ਨਾ ਕੋਈ ਦੂਜਾ ਹੋਰ ਪਛਾਣਾ, ਮੈਥੋਂ ਵੱਧ ਨਾ ਕੋਈ ਸਿਆਣਾ, ਬੁੱਲਾ ਵੀ ਇਹੀ ਕਹਿੰਦਾ, ਸੁਲਤਾਨ ਸਾਹਿਬ ਵੀ ਇਹੀ ਕਹਿੰਦੇ ਨੇ, ਵਿੱਚੇ ਹੀ ਵੇੜੇ ਵਿੱਚੇ ਹੀ ਜੇੜੇ ਵਿੱਚੇ ਹੀ ਵੰਝ ਮੁਹਾਣੇ ਹੂ, ਠੀਕ ਹੈ ਨਾ, ਇਕਬਾਲ ਵੀ ਇਹੀ ਕਹਿੰਦਾ ਕਿ ਢੂੰਡਦਾ ਫਿਰਤਾ ਹੂਏ ਇਕਬਾਲ ਆਪਣੇ ਆਪ ਕੋ, ਆਪ ਹੀ ਗੋਇਆ ਮੁਸਾਫਰ ਆਪ ਹੀ ਮੰਜ਼ਿਲ ਹੂੰ ਮੈਂ, ਉਹ ਸਾਰੇ ਲੇਕਿਨ ਬੀਰਾ ਭੀਖ ਵੀ ਇਹੀ ਕਹਿੰਦੇ ਨੇ ਕਿ ਭੀਖਾ ਭੂਖਾ ਕੋਈ ਨਹੀਂ ਸਭ ਕੀ ਗਠੜੀ ਲਾਲ, ਲੇਕਿਨ ਉਹ ਜਿੰਨੀ ਦੇਰ ਤੱਕ ਵਰਦ ਨਾ ਹੋਵੇ, ਜਿਵੇਂ ਮੈਂ ਅੱਗੇ ਤੁਹਾਨੂੰ ਦੱਸ ਕੇ ਹਟਿਆ ਵਾਂ ਕਿ ਜਿਵੇਂ ਕਿਤਾਬ ਪੜ੍ਹ ਕੇ ਕੋਈ ਭਲਵਾਨ ਨਹੀਂ ਬਣ ਜਾਂਦਾ, ਕਿਤਾਬ ਇੱਕ ਬੰਦਾ ਰੋਜ਼ ਪੜ੍ਹੇ ਇਹ ਫਲਾਨਾ ਦਾ ਲਾਉਣਾ ਫਲਾਨਾ ਦਾ ਲਾਉਣਾ, ਜੇ ਕੋਈ ਐਸਰ ਨੂੰ ਮੂੰਹ ਕਰੇ ਤੇ ਇਧਰੋਂ ਇਹ ਦਾ ਲਾਉਣਾ, ਪੁੱਠੀ ਸਿੱਧੀ ਢਾਕ ਸਵਾਰੀ ਮੱਛੀ ਗੋਤਾ ਕੁੰਡਲ ਮਾਰੀ, ਇਹ ਸਾਰੇ ਦਾ ਨੇ, ਤੇ ਮੇਰੇ ਸਾਈਂ ਜੀ ਨਾ ਭਲਵਾਨ ਵੀ ਸਨ, ਭੁੱਲਦੇ ਵੀ ਹੁੰਦੇ ਸਨ, ਤੂੰ ਜਦੋਂ ਸਾਰੀਆਂ ਦਾ ਨੂੰ ਆ ਜਾਣ ਤੈਨੂੰ ਪਤਾ ਲੱਗ ਜੇ ਉਹਦੇ ਤੇ ਇਮਤਿਹਾਨ ਦੇ ਦੇ, ਇਹਨੂੰ ਡਾਕਟਰੇਟ ਦੀ ਡਿਗਰੀ ਵੀ ਮਿਲ ਜਾਏ ਕਿ ਬੜਾ ਵੱਡਾ ਭਲਵਾਨ ਹੋ ਗਿਆ, ਯੇ ਵੋ, ਇੱਕ ਬਿਲਕੁਲ ਚਿੱਟਾ ਨਪਾੜਾ ਮੇਰੇ ਅਰਗਾ, ਉਹ ਚਿੱਟਾ ਨਪਾੜਾ ਲੇਕਿਨ ਖਾੜੇ ਰੋਜ਼ ਜਾਂਦਾ,
रोज खाड़े जाता, रोज घुलता अपने खलीफे ना, अपने साई ना, उस्ताद नाल जाके। वो जिधर वो जिधर सिर्फ किताब तो दा पढ़े ने ते रोज जान लगा वा, जिधर दो चौं साल बाद उन्हां दा जोड़ पएगा ते फिर तुहानू साफ पता वा कि किनू किनू फेंटी लगनी आ। वो किताबां ते हाले सोचना वा कि इन्ने सफा इन्ने नंबर ते आ दा लिखिया होया, उन्नी देर नूं जिहड़ा नपाड़ा ने मार के धौल ते खाड़े बाहर सुट देना कि तू यार हाले वो वेख तेरा सफा नंबर किन्ना वा, ते मैं ते रोज आउंदा जाना, मैनू ते पता वा। इस करके जिहड़ा कट विद्या ना जिहड़ा उहदे चों गुजरदा वा, ਉਹ ਜਦੋਂ ਕਹੇਗਾ ਨਾ ਤੇ ਉਹਦੇ ਚ ਸਵਾਦ ਹੋਣਾ ਵਾ। ਉਹਨਾਂ ਨੇ ਕਹਿ ਕੇ ਅੱਗ ਵੀ ਕੋਈ ਨੀ, ਉਹਦੇ ਚੋਂ ਗੁਜ਼ਰ ਕੇ ਆ। ਜਦੋਂ ਉਹਦੇ ਚੋਂ ਗੁਜ਼ਰ ਕੇ ਕਹੇਗਾ, ਜਦੋਂ ਮਾਲਕ ਨੇ ਮੈਨੂੰ ਤੋਫੀਕ ਦਿੱਤੀ ਜਾਂ ਮੈਨੂੰ ਲੰਘਾ ਦਿੱਤਾ, ਮੈਂ ਵੀ ਜੋ ਮੇਰੇ ਦਿਲ ਚ ਸੀ ਫਿਰ ਉਹ ਆਇਆ, ਮੈਂ ਵੀ ਕਹਿ ਦਿੱਤਾ। ਤੇ ਉਹ ਇਹ ਗੱਲਾਂ ਨੇ, ਉਹ ਮੈਨੂੰ ਕੋਈ ਗੱਲ ਹੋਣੀ ਨਾ, ਉਹ ਜਿਹੜੀ ਤੁਸੀਂ ਪੁੱਛਿਆ ਸਵਾਲ ਮੈਨੂੰ, ਜਾ ਕੇ ਗੱਲ ਕੇ ਬਾਬਾ ਬੁੱਧੀ ਨਾਲ ਹੁੰਦਾ ਵਾ, ਯਾਨੀ ਕਿ ਜਦੋਂ ਉਹਦੇ ਚ ਬੁੱਧੀ ਆ ਜਾਂਦੀ ਹੈ, ਜਦੋਂ ਬੁੱਧੀ ਉਹੀ ਹੁੰਦੀ ਨਾ ਜਿਹੜੀ ਇਹਨੂੰ ਯਾਨੀ ਤਾਮੀਰ ਤਾਮੀਰ ਵਾਲੇ ਪਾਸੇ ਲਾਉਂਦੀ ਹੈ, ਜਦੋਂ ਇਹ ਇਨਸਾਨੀਅਤ ਦੀ ਖਿਦਮਤ ਕਰਨ ਲੱਗਦਾ। ਦੂਸਰਾ ਤੇ ਹਰ ਬੰਦੇ ਨੇ ਕਹੀ ਹੈ ਗੱਲ, ਤੇ ਹਰ ਪਹਿਲੇ ਹੈ, ਤੇ ਉਹ ਗੱਲ ਇੱਥੋਂ ਸ਼ੁਰੂ ਹੋਈ ਸੀ। ਕੋਈ ਬਾਤ ਹੋਈ ਤੇ ਉਹ ਸਾਈਂ ਫਰਮਾਨ ਲੱਗੇ ਕੋਈ ਰੱਬ ਬੜਾ ਨੇੜੇ ਹੁੰਦਾ ਵਾ, ਜਦੋਂ ਕੋਈ ਬਹੁਤ ਸੱਚੀ ਗੱਲ ਕਰੇ ਨਾ ਤੇ ਉਹ ਨੇੜੇ ਹੋ ਕੇ ਸੁਣਦਾ। ਮੈਂ ਕਹਿਤਾ ਜੀ ਕਿੰਨਾ ਕੁ ਨੇੜੇ ਹੁੰਦਾ? ਕਹਿੰਦੇ ਬਹੁਤ ਨੇੜੇ ਹੁੰਦਾ। ਮੈਂ ਕਿਹਾ ਜੀ ਮੈਨੂੰ ਤੇ ਦੇਖਦਾ ਨੀ। ਕਹਿੰਦੇ ਉਹ ਬਹੁਤ ਨੇੜੇ ਆ ਨਾ, ਸਾਧ ਨਹੀਂ। ਮੈਂ ਕਿਹਾ ਜੀ, ਮੈਂ ਫਰਮਾਉਂਦੇ ਹੱਥ ਕਰ। ਮੈਂ ਨਾ ਹੱਥ ਕੀਤਾ, ਇਸ ਤਰ੍ਹਾਂ ਹੱਥ ਕੀਤਾ, ਹੱਥ ਕਰਕੇ ਕਹਿੰਦੇ ਅੱਖ ਦੇ ਨਜ਼ਦੀਕ ਕਰ, ਦਿਸਦਾ ਪਿਆ? ਮੈਂ ਕਿਹਾ ਦਿਸਦਾ। ਫਰਮਾਉਂਦੇ ਹੋਰ ਨੇੜੇ ਕਰ। ਮੈਂ ਹੋਰ ਨੇੜੇ ਕੀਤਾ, ਕਹਿੰਦੇ ਹੁਣ ਦਿਸਦਾ? ਮੈਂ ਕਿਹਾ ਜੀ ਦਿਸਦਾ। ਕਹਿੰਦੇ ਹੋਰ ਨੇੜੇ ਕਰ। ਮੈਂ ਅੱਖ ਦੇ ਬਿਲਕੁਲ ਨਜ਼ਦੀਕ ਕੀਤਾ ਨਾ, ਮੈਂ ਕਿਹਾ ਜੀ ਹੁਣ ਧੁੰਦਲਾ ਹੋ ਗਿਆ। ਕਹਿੰਦੇ ਹੁਣ ਹੋਰ ਨਜ਼ਦੀਕ ਕਰ, ਤੂੰ ਮੈਂ ਅੱਖ ਦੇ ਉੱਤੇ ਰੱਖਤਾ। ਮੈਂ ਕਿਹਾ ਜੀ ਹੁਣ ਹੁਣ? ਕਹਿੰਦੇ ਹੁਣ ਦਿਸਦਾ? ਮੈਂ ਕਿਹਾ ਹੁਣ ਤੇ ਮੈਨੂੰ ਹੱਥ ਦਿਸਦਾ ਹੀ ਨੀਗਾ। ਕਹਿੰਦੇ ਫਿਰ ਰੱਬ ਵੀ ਇੰਨਾ ਹੀ ਨੇੜੇ ਆ ਜਿੰਨਾ ਤੇਰੀ ਅੱਖ ਦੇ ਨੇੜੇ ਆ, ਤੈਨੂੰ ਹੱਥ ਨੀ ਦਿਸਦਾ, ਰੱਬ ਕੀ ਦਿਸੇ? ਵਾਹ ਵਾਹ, ਕੀ ਤਰੀਕਾ! ਇਸ ਤਰੀਕੇ ਦੇ ਨਾਲ ਉਹ ਮੇਰੀ ਉਲਝਣ ਦੂਰ ਕਰ ਦਿੰਦੇ ਸਨ। ਕੋ ਤੇਰੇ ਇੰਨਾ ਨੇੜੇ, ਅੱਖ ਦੇ ਉੱਤੇ ਤੇਰਾ ਹੱਥ ਆ ਗਿਆ, ਯਾਨੀ ਕਿ ਉਹ ਇੱਕ ਮੇਕ ਹੋਇਆ ਪਿਆ ਵਾ ਤੇਰੇ ਨਾਲ। ਜੀ ਜੀ, ਬਿਲਕੁਲ ਸਹੀ ਗੱਲ। ਇਸ ਤਰ੍ਹਾਂ ਦੀਆਂ ਗੱਲਾਂ ਜੀ, ਜਿਹੜਾ ਤੁਹਾਡਾ ਸੂਫੀ ਸਿਆਣਪ ਤੁਹਾਡੀ ਸ਼ਾਇਰੀ ਦੱਸਦੀ ਹੈ ਨਾ ਜੀ, ਮੈਂ ਵੀ ਸੂਫੀ ਰੀਤ ਤੋਂ ਬਾਅਦ ਸ਼ਿਵ ਕੁਮਾਰ ਨੂੰ ਸਮਝਣਾ, ਕੋਈ ਗੱਲ ਗੱਲ ਅੱਗੇ ਲੈ ਕੇ ਤੁਰਿਆ ਸੂਫੀ ਸ਼ਾਇਰੀ ਪੰਜਾਬੀ, ਤੁਸੀਂ ਉਹ ਸਾਰੇ ਬੰਦੇ ਖਾਬ ਚ ਵੇਖ ਲਏ। ਅੱਛਾ, ਤੁਸੀਂ ਇੱਕ ਸੂਫੀ ਦਾ ਜਿਹੜਾ ਰਵਾਇਤੀ ਤਰੀਕਾ ਨਾ, ਜਿਹੜਾ ਕਿਰਦਾਰ ਉਹਦੇ ਬੰਦੇ ਹੁੰਦੇ ਨਾਲ ਦੁਆਲੇ ਪੈਰ ਚੁੰਮਦੇ ਨੇ, ਤੁਸੀਂ ਉਹਦੀ ਨਫੀ ਕੀਤੀ ਕਿ ਉਹ ਜ਼ਰੂਰੀ ਨਹੀਂ ਹੈਗਾ। ਤੇ ਜਿਹੜਾ ਦੂਜਾ ਇੱਕ ਤਰੀਕਾ ਕਿ ਸੂਫੀ ਵੇਖਣ ਚ ਵੀ ਉਹਦਾ ਕੋਈ ਖਾਸ ਹੁਲੀਆ ਹੁੰਦਾ ਹੈ ਕਿ ਇਹ ਕੋਈ ਜ਼ਰੂਰੀ ਨਹੀਂ? ਕੋਈ ਜ਼ਰੂਰੀ ਨਹੀਂ। ਠੀਕ ਹੈ ਜੀ, ਕੋਈ ਕਲੀਨ ਸ਼ੇਵ ਵੀ ਹੋ ਸਕਦਾ ਹੈ, ਦਾੜੀ। ਮੈਂ ਤੁਹਾਨੂੰ ਦੱਸਿਆ ਕਿ ਮੈਂ ਪਹਿਲੇ ਕਲੀਨ ਸ਼ੇਵ ਹੀ ਸਾਂ, ਲੇਕਿਨ ਉਹ ਬਾਬਾ ਜੀ ਦੀ ਮੈਨੂੰ ਦਾੜੀ ਬਹੁਤ ਖੂਬਸੂਰਤ ਲੱਗਦੀ ਹੁੰਦੀ ਸੀ, ਹਾਲਾਂਕਿ ਆਪਨੇ ਬਾਲ ਨਹੀਂ ਸੀ ਰੱਖੇ, ਮੈਨੂੰ ਬਾਲ ਚੰਗੇ ਲੱਗਦੇ ਸੀ। ਆਪਨੇ ਕਿਹਾ ਰੱਖ ਲਾ ਜੇ ਤੈਨੂੰ ਸੋਹਣੇ ਲੱਗਦੇ ਆ, ਤੇ ਮੈਂ ਰੱਖ ਲਏ। ਉਹ ਆਪਦੀ ਦਾੜੀ ਮੈਨੂੰ ਸੋਹਣੀ ਲੱਗਦੀ ਸੀ, ਸਫੇਦ ਹੁੰਦੀ ਸੀ। ਤੇ ਇੱਕ ਦਿਨ ਉਹ ਮੈਂ ਕਿਤੇ ਚੱਲੇ ਸੀਗੇ, ਲੈਲਪੁਰੀ ਅਸੀਂ ਜਾਣਾ ਸੀ, ਤੇ ਉਹ ਜਾਣ ਲੱਗੇ ਤੇ ਮੈਂ ਉਹ ਮੇਰੇ ਦੋਸਤ ਮੈਨੂੰ ਕਹਿੰਦੇ ਕਿ ਚਲੋ ਯਾਰ ਚੱਲੀਏ, ਹਾਲੇ ਤੁਸੀਂ ਜਾ ਕੇ ਸ਼ੇਵ ਵੀ ਕਰਾਉਣੀ ਹੈ। ਤੇ ਆ ਫਰਮਾਉਂਦੇ ਯਾਰ ਤੂੰ ਦੋਸਤਾਂ ਨੂੰ ਕਿਉਂ ਲੇਟ ਕਰਨਾ, ਸ਼ੇਵ ਹੁਣ ਰਹਿਣ ਦੇ। ਜਦੋਂ ਉਹਨਾਂ ਨੇ ਕਿਹਾ ਰਹਿਣ ਦੇ, ਉਸ ਤੋਂ ਬਾਅਦ ਮੈਂ ਰਹਿਣ ਹੀ ਦਿੱਤੀ, ਮੈਂ ਕਰਾਈ ਨੀ। ਕਹਿਣ ਲੱਗ ਪਏ ਕਿ ਤੈਨੂੰ ਤਾਂ ਸ਼ੇਵ ਤੋਂ ਵਧੀਆ ਲੱਗਦੀ ਹੈ। ਮੈਂ ਕਿਹਾ ਠੀਕ ਹੈ, ਜਦੋਂ ਉਹਨੇ ਕਹਿ ਦਿੱਤਾ ਕਿ ਰਹਿਣ ਦੇ ਯਾਰ, ਬਸ ਠੀਕ ਹੈ। ਤੇ ਉਹ ਜੋ ਇਹ ਹੈਗਾ ਨਾ, ਇਹ ਕਮ ਅਜ਼ ਕਮ ਇਹ ਆਪਣੇ ਆਪ ਨਾਲ ਨਾ ਇਹ ਦਗਾ ਕਰੇ। ਆਪਣੇ ਆਪ ਨਾਲ ਜਦੋਂ ਦਗਾ ਕਰਨ ਨੂੰ ਛੱਡ ਦੇਗਾ, ਸਾਰੀ ਦੁਨੀਆਂ ਨਾਲ ਦਗਾ ਕਰਨ ਨੂੰ ਛੱਡ ਦੂਗਾ। ਕਿਉਂਕਿ ਮੈਂ ਤੁਹਾਨੂੰ ਅਸ਼ੋਕ ਸਾਹਿਬ ਨੂੰ ਮੁਤਮਿਨ ਕਰ ਲਵਾਂ, ਆ ਜਿਹੜੇ ਲੋਕ ਮੈਨੂੰ ਸੁਣਦੇ ਪਏ ਨੇ ਇਹਨਾਂ ਨੂੰ ਮੈਂ ਮੁਤਮਿਨ ਕਰ ਲਵਾਂ ਗੱਲਾਂ ਕਰ ਕਰਕੇ, ਤੇ ਜੇ ਮੈਂ ਆਪ ਹੀ ਨਹੀਂ ਮੁਤਮਿਨ ਹੈਗਾ ਤੇ ਫਿਰ ਮੈਂ ਕਾਹਦਾ ਬੰਦਾ ਹੋਇਆ? ਕੰਮ ਮੈਨੂੰ ਆਪ ਮੁਤਮਿਨ ਹੋਣਾ ਚਾਹੀਦਾ ਕਿ ਮੈਂ ਜਿਸ ਪੰਥ ਤੇ ਤੁਰਿਆ ਇਹ ਠੀਕ ਆ, ਕਿਆ ਇਹਦਾ ਨਤੀਜਾ ਕੋਈ ਨਿਕਲਦਾ ਵਾ? ਕਿਆ ਮੈਂ ਕਹਿ ਰਿਹਾ ਵਾ ਕਿ ਯਾਰ ਜੇ ਤੁਸੀਂ ਸਾਰਿਆਂ ਨੂੰ ਇੱਕ ਦੂਸਰਾ ਸਮਝੋਗੇ ਕਿ ਯਾਰ ਉਹ ਸਾਰਿਆਂ 'ਚ ਹੀ ਵੱਸਦਾ ਵਾ, ਜੇ ਮੈਨੂੰ ਭੁੱਖ ਲੱਗਦੀ ਹੈ ਤੇ ਉਹਨੂੰ ਵੀ ਲੱਗਦੀ ਆ, ਜੇ ਮੇਰੇ ਘਰ ਇਸ ਚੀਜ਼ ਦੀ ਜ਼ਰੂਰਤ ਆ ਤੇ ਉਹਦੇ ਵੀ ਜ਼ਰੂਰਤ ਆ, ਤੇ ਅਸੀਂ ਸਾਰੇ ਇੱਕ ਪਰਿਵਾਰ ਬਣ ਜਾਵਾਂਗੇ, ਤੇ ਇੱਕ ਪਰਿਵਾਰ ਬਣ ਜਾਵਾਂਗੇ ਤੇ ਇਹਦਾ ਹੀ ਨਾਂ ਉਹ ਸਾਰੇ ਸਲਾਤ ਕਾਇਮ ਹੋ ਜੂਗੀ, ਸਾਰਾ ਕੁਝ ਇਕੱਠਾ ਹੋ ਜੂਗਾ, ਸਾਰਾ ਰੱਬ ਵੀ ਰਾਜ਼ੀ ਹੋ ਜੂਗਾ, ਰਸੂਲ ਰਾਜ਼ੀ ਹੋ ਜੂ, ਰਾਮ ਰਾਜ਼ੀ ਹੋ ਜੂ, ਪਰਮਾਤਮਾ ਰਾਜ਼ੀ ਹੋ ਜੂ, ਵਾਹਿਗੁਰੂ ਰਾਜ਼ੀ ਹੋ ਜੂ, ਇਹੀ ਸਾਰਾ ਉਹਨੇ ਮੈਸੇਜ ਦਿੱਤਾ ਤੇ ਸਾਰੇ ਖੁਸ਼ ਹੋ ਜਾਣਗੇ। ਸਭ ਤੋਂ ਪਹਿਲਾਂ ਸਵੈ ਮੰਥਨ ਜ਼ਰੂਰੀ ਹੈ, ਪਰ ਸਭ ਤੋਂ ਪਹਿਲਾਂ ਅੰਦਰਲਾ ਜ਼ਰੂਰੀ ਹੈ। ਵਾਹ ਜੀ, ਕੀ ਬਾਤ! ਇਹਨੂੰ ਆਪ ਨੂੰ ਕਰਨਾ ਹੈ, ਜੇ ਆਪ ਹੀ ਨਹੀਂ ਤੇ ਇਸ ਕਿਸ ਤਰ੍ਹਾਂ ਹੋ ਸਕਦਾ? ਮੈਂ ਜੱਗ ਹੈ ਨਾ, ਜੱਗ ਚੋਂ ਮੈਂ ਪਾਣੀ ਪੀਂਦਾ ਪਿਆ ਵਾਂ, ਤੇ ਜੱਗ ਚ ਪਾਣੀ ਜੇ ਹੈ ਹੀ ਨੀਗਾ, ਇਹਦੇ ਵਿੱਚ ਗੰਦਾ ਪਾਣੀ ਹੋਵੇ ਤੇ ਮੈਂ ਸਾਫ ਕਿੱਦਾਂ ਕੱਢ ਲਾਂਗਾ? ਪਾਣੀ ਤੇ ਉਦੋਂ ਹੀ ਸਾਫ ਨਿਕਲੇਗਾ ਜਦੋਂ ਸਾਫ ਇਹਦੇ ਚ ਹੈ, ਜੇ ਖਾਲੀ ਹੈ ਤੇ ਤਦ ਵੀ ਨੀ ਇਹ ਖੜਕੇ ਗਈ, ਤੇ ਜੇ ਸਾਫ਼ ਆ ਤੇ ਸਾਫ਼ ਨਿਕਲੇਗਾ, ਜੋ ਇਹਦੇ ਚ ਉਹ ਬਾਹਰ ਆਉਣਾ ਵਾ।
वाह वाह। हाँ बिल्कुल। अच्छा तुसी किताब दा तो सवाल साडे दिल च सी, तुसी जवाब देता किताब क्यों नहीं छपी, जिहड़े असीं सवाल सोचने आ हाँ जवाब पहले ही दे छड़दे हो कि हुण जिहड़े हाँ दोस्त हुण बड़े दोस्त तुहानूं कहिंदे ने कि किताब छपणी हाँ चाहीदी। जी, मैं हूं ना वो सारा सोध लिया वा कलाम इंशाला, तो जी उधर भी चढ़ते पंजाब दे विच भी एक भाई साहब ने, उन्हां नाल भी गल हुई है। गल की हुई, उन्होंने आप ही मेरे एक दोस्त ने उन्होंने फोन किया कि बाबा जी कहो असं इधरों ना पहलो गुरमुखी च उन्होंने किताब छापते हैं, तो इधरों हाँ जी करके वो मैं तुम्हें अगे अर्ज करके हटा ना कि मेरिया कुछ मजदूरिया ने कुछ रोजा ने, क्योंकि जिंदगी का ना तो मैंने इस गल ना कोई गर्ज नहीं। मैं कहता फिर मैंने बड़ी मजदूरी मैंने सख्ती हो गई, मैं ना कर कुछ भी नहीं, सख्ती का दी या टाइम पास करना है ना, कौन वाह थक रहा ये जरा गुलाम हुसैन नदीम बैठा उसे कुछ भी नहीं होने दिया, थकदा तो मेरा पिंडा वा अगर मैं कम करना तो मैनू रेहड़ी खिचड़ी वाह पैंदी है या मैनू फुटपाथ से धुप्पे बहना पैंदा, मैनू की वाह मेरे जरा अंदर बैठा उन्होंने इस गल ना है ही नहीं, उन्होंने रोटी मिले ना मिले कपड़ा मिले ना मिले वो तो बेनियाज है अंदर, वो तो जिदन निकल गया इस पिंड नूं भावें धुप्पे सुट दियो भावें जिथे मर्जी सुट दियो, बुढ़ा मेरा पिंडा होना वा थकना मेरे उतले पिंडे ने आ वो बिच पुरबाश बैठा होया, वो तो जो कि मेरे को चंगा हो जाता वा जो एक बार मैनू कह दिंदा ना शाबाश मैं फुलरगा हो जाना, तो जिदन मेरे को माड़ा हो जाता मैनू कहता तू चंगा नहीं हो किया, रुपया तो 100 तेरी जेब च हैगा सी ते 50 नू दे दिंदा हाँ, वो जरा 20 रुपया के गले अंब लैन दिया तू 50 दे दिंदा तो वो चंगे लै जाता, उदो फिर मैनू तकलीफ होंगी है कि आहो यार मेरे को मिस्टेक हो गई, 100 हैगा सी मैं 50 उन्हें दे दिंदा, ये अपने नाल ही करने ने जो दूजा कोई खेड नहीं है, वाह आपे ही उन्हें ठीक हो वाह जाना, जिन्हें अपने आप नाल इंसाफ नहीं ना कर सकता दूजे ना इन्हें की करना है, जिन्ना मर्जी किसी लिए जोड़ी जाए लादली जोड़ ले उदली जोड़ ले उदली कख भी नहीं कर सकता है, इन्हू पहलू अपने आप ना इंसाफ करना चाहिए कि जो मैं कह दूजे नू अपने अर्गा समझ रहे हैं, जो वाह दूजे नू अपने अर्गा नहीं समझ रहा तो फिर की है तो मतलब रब नू भी अपने अर्गा नहीं समझदा है, अच्छा बाबा आपे जी ही चंगा एक बने यार। एक गल तुहानूं पुछणी सी कि अक्सर लोग डराउंदे ने कि फकर दा रस्ता है बड़ा चंगा पर औखा जी बड़ा। अच्छा ये डराउंदे भी ने कि इस रस्ते नहीं जाना चाहिए, असीं माड़े बंदे हाँ दुनियादार, वो केड़ी औखियाई है जे उहदे च ढोई लगदी है तो फिर औखा काहदा है, ये नहीं तां जरूर सौखा सोच। केड़ा वा, तुसी पहले ये दसो मैनू सौखा केड़ा, डॉक्टर बनना सौखा, इंजीनियर वाह बनना सौखा, पहलवान बनना सौखा, टेस्ट क्रिकेटर बनना सौखा, स्क्वैश दा वड्डा चैंपियन बनना सौखा, रुस्तमे पाकिस्तान बनना या रुस्तमे इंडिया बनना कोई भी नहीं सौखा हैगा, लेकिन वाह वो सौखा इन्हों तरला ये तद औखा वा कि इतने अपनी मेहनत ना की हुई कमाई अल्लाह की मर्जी ना खर्च करनी पैनी है, तद औखा लगता वाह ते अपनी मेहनत ना की कमाई अपनी मर्जी ना खर्च करनी है, सूट लेने गड्डी लेनी बंगला बनाना वो तद सौखा लगता, ये नहीं बनने ये अपनी कमाई अल्लाह की मर्जी ना खर्च करनी पैनी फकर दे रस्ते च, जे 100 हैगा वाह वा ते अल्लाह ने कहा ना ना तू 5 रख 95 दे दे इनू देने पैने हैं, ते औखा ते आप ही हो गया, जे 10,000 वाह कोल आ गया वा ते दे लगा कि यार ऐतकी चलो न्याणियां नू कपड़े लै देंगे जे वो, सुना दे दिंदा कि नहीं नहीं वो फलाना इलम दीन नहीं हैगा उन्हें मकान का किराया नहीं दिता चल पहले वो दे के आ वो देन चल जाना, ये तद औखा लगता वा होर औखा कोई नहीं, क्योंकि इतने वाह अल्लाह की मर्जी मननी पड़ी है, कोई भी काम जो अल्लाह की मर्जी मनागे ना तो औखा ही लगना वा क्या बात है वो क्या अपनी, बात। हाँ होर औखा बाबा औखा नहीं जी है। असी हमेशा अशोक बंसल भाई जिहड़ा ना प्रोग्राम दे आखिर ते अपने चेचे परौणे कोलों कोई सुनेहा लैने हुंदे आ, दी गल्लां नहीं सुनन वाले नहीं, अज दी सारी गल ही सुनेहा है, अज दी सारी गल ही पैगाम है, ते आखिर ते सिर्फ असी ये पुछना चाहवांगे बाबा जी नूं कि सूफी फकीर दीआं बड़ियां खूबियां ने, ते कोई एक गल जिहड़ी बड़ी जरूरी है वो ना होवे ते फकीर नहीं हुंदा, जिहड़ी साडे सुनन नाल पता लग जाए कि आह बुनियादी गल है, इहनूं गंढ मार लो ते बाकी सफर अगों तुर पैंदा, जी वो कोल हुंदिया होया, जी कोल हुंदिया होंदे हो गया होया मजबूर सामने होवे ते जेड़ा खिदमत ना करेगा वह सूफी नहीं हो सकता, वाह 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 जहां ते है ही मेरे कोल फिर ते मालिक फिर जानदा कोई जे मेरे पूछता को है कि ना फिर वो सामने मजबूर हैगा ते उहदी सेवा नहीं कर रहा ना फिर ये कभी सूफिया नहीं हो सकता, क्या बस बात, बहुत सोहनी गल जी बाबा जी ने जाने ने बड़ी सोहनी गल, एक मका ते वक्त का पता ही नहीं लगा, ते मलिक साहब जी 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 अशोक भाई जी मैं चुप है, मैं बोलिया नहीं क्योंकि मैं बोल नहीं सकता सी जो हो रहा है तो, जो सुन अच्छा रहा मेरा चूंकि होस्ट सुनो होना गल ना सुभाए सी कि मैं हाँ बोलना सी मुझे पता, मेरा भी दिल नहीं सी कर रहा बोलने दे सोहना ही मेरा लगे। मैं अज कवि नाल गल्लां करन आया सी और कवि बहुत महान ते वड्डे कवि नाल,
ਪਰ ਜਦੋਂ ਗੱਲਾਂ ਸ਼ੁਰੂ ਹੋਈਆਂ ਤਾਂ ਮੈਨੂੰ ਉਹ ਲੱਗਾ ਮੈਂ ਕਿਸੇ ਸਤਸੰਗ ਦੇ ਵਿੱਚ ਬੈਠਾ ਤੇ ਅੱਜ ਮੈਨੂੰ ਉਹ ਕਵੀ ਤੇ ਪੈਗੰਬਰ ਵਾਲਾ ਜਿਹੜਾ ਫਾਸਲਾ ਸੀ ਉਹ ਮਿਟਦਾ ਨਜ਼ਰ ਆਇਆ ਮੈਨੂੰ ਦੋਵਾਂ ਚ ਕੋਈ ਫਾਸਲਾ ਨੀ ਲੱਗਿਆ ਤੁਹਾਡਾ ਹੋਣਾ ਵੀ ਜਿੱਥੇ ਇੱਥੇ ਇੰਟਰਵਿਊ ਰਹੇਗਾ ਯੂਟਿਊਬ ਤੇ ਪਿਆ ਰਹੇਗਾ ਜਦੋਂ ਤੱਕ ਦੁਨੀਆ ਵਿਚਕਾਰ ਅਸ਼ੋਕ ਬੰਸਲ ਵਿਚਕਾਰ ਬੈਠੇ ਰਹਿਣਗੇ ਇਹ ਤੁਹਾਡੀ ਜਿਹੜੀ ਮੌਜੂਦਗੀ ਵੀ ਸਾਡੇ ਦੋਵਾਂ ਲਈ ਮਾਣਯੋਗ ਹੈ ਤੇ ਬਾਬਾ ਜੀ ਮੈਂ ਇਸ ਗੱਲ ਨਾਲ ਅੱਜ ਦੇ ਪ੍ਰੋਗਰਾਮ ਕਰਨਾ ਵਾ ਕਿ ਇੱਕ ਫਕਰ ਹੀ ਰੱਬ ਦੇ ਰਹਿਣ ਸਾਬਤ ਹੋਰ ਥਿੜਕਦੇ ਐ ਲਿਖਦੇ ਨੇ ਫਕਰ ਹੀ ਰੱਬ ਦੇ ਰਹਿਣ ਸਾਬਤ ਹੋਰ ਥਿੜਕਦੇ ਇਹਨਾਂ ਦੇ ਤੇ ਵਸਦੇ ਰਹੋ ਬਾਬਾ ਜੀ ਤੁਹਾਡੀ ਸ਼ਾਇਰੀ ਸੁਣਦੇ ਰਹਾਂਗੇ ਬੇਲੀ ਯੂਟਿਊਬ ਤੇ ਤੁਹਾਨੂੰ ਵੇਖਦੇ ਰਹਿੰਦੇ ਨੇ ਅੱਜ ਧੰਨ ਪਾਕ ਸਾਡੇ ਦੋਵਾਂ ਮੰਚਾਂ ਦੇ ਪੰਜਾਬੀ ਗੱਦ ਕੀਮਤੀ ਗੱਲਾਂ ਤੁਸੀਂ ਆਏ ਫਿਰ ਵੀ ਤੁਹਾਨੂੰ ਇੱਕ ਸਿਰੇ ਸੁਣਨ ਦਿਲ ਕਰੇਗਾ ਤੁਹਾਨੂੰ ਜ਼ਹਿਮਤ ਦੇਵਾਂਗੇ ਤੁਹਾਨੂੰ ਤੰਗ ਕਰਾਂਗੇ ਜੇ ਤੁਸੀਂ ਰਹੋ ਸਲਾਮਤ ਰਹੋ ਅਸ਼ੋਕ ਜੀ ਮਲਕ ਜੀ ਤੁਸੀਂ ਉਹ ਦੂਸਰਾ ਅਸੀਂ ਤਾਂ ਵੇਲੇ ਕਵੇਲੇ ਤੰਗ ਕਰਦੇ ਹੀ ਰਿਹਾ ਕਰਾਂਗੇ ਤੁਹਾਨੂੰ ਇੱਧਰੋਂ ਮਾਲਾ ਤੁਹਾਨੂੰ ਸਲਾਮਤ ਰੱਖੇ ਮੇਰੇ ਸਾਰੇ ਸੁਣਨ ਵਾਲੇ ਜਿਹੜੇ ਜਿੰਨੇ ਵੀ ਜਵਾਨ ਮੇਰੇ ਭਾਈ ਮੇਰੇ ਭੈਣਾਂ ਮੇਰੇ ਬੇਲੀ ਮਿੱਤਰ ਸਭ ਨੂੰ ਮੇਰਾ ਸਲਾਮ ਜਿਉਂਦੇ ਵਸਦੇ ਰਹਿਣ ਸਲਾਮਤ ਰਹਿਣ ਤੇ ਇੱਕ ਦੂਜੇ ਨਾਲ ਸੇਵਾ ਕਰਨ ਪਿਆਰ ਕਰਨ ਇੱਕ ਦੂਜੇ ਨਾਲ ਮੁਹੱਬਤ ਕਰਨ ਮਾਲਕ ਇਹਨਾਂ ਨੂੰ ਸਲਾਮਤ ਰੱਖੇ ਇਹ ਚੜ੍ਹਦੀ ਕਲਾ ਚ ਰਹਿਣ ਬਹੁਤ ਸ਼ੁਕਰੀਆ ਰੱਬ ਰਾਖਾ ਬਾਬਾ ਜੀ ਦੀਆਂ ਸੁਣੀਆਂ ਗੱਲਾਂ ਨਾਲ ਆਪਣੇ ਮਜਮਾਨਾ ਦਾ ਮਲਕ ਨੂੰ ਇਜਾਜ਼ਤ ਦਿਓ ਅੱਲਾ ਬੇਲੀ ਰੱਬ ਰੱਖ ਬਹੁਤ ਬਹੁਤ